किधर लांगी मंजा खाली पिया लांगी हूं किसे पासे अब हो नहीं पे दा मैं कहना ए लीशु ए गुड़िया लीशु पुत्ता उरे आ मड़ जा उरे आ जा करन देने हां जी बापू जी सुन लिया कर माड़ी उटी गल कोई हां जी दसो अब फोन नहीं पे तेरे बेबे दा होर बेबे दा फोन दा हैगा बापू जी कम दा बन गया तू ऐ कर ओ जेड़ा बचोला नहीं हैगा मुंडा ओनु फोन ला के कह बापू जी मैं लाउंदी ओ तो दस तू बेबे नु बिंदे बिंदे फोन करदा ओ बहुत हरामी आ की कहां बापू जी मेरा तो भाई लगदा हां कहदे भाई अज नाई कहदे हां कहदे बेबे तंग आ जादे ਹੋਰ ਫੇਰ ਖੜੂਗੀ ਹੈ ਕਾਹਨੂੰ ਖੜ ਦਿਆ ਚੱਕ ਲੈ ਕੁੜੇ ਤੂੰ ਐਂ ਕਹਦੇ ਕਹਦੇ ਮੇਰੇ ਬੇਬੇ ਦਾ ਮਰੋੜੇ ਲੱਗ ਰਹੇ ਆਹੋ ਆਈ ਮੇਰੇ ਹੱਥ ਤੇ ਦੰਦ ਲੱਗ ਜਾਂਦੇ ਕੱਟਣੇ ਇੱਕ ਤਾਂ ਪੈ ਜਾਣੀ ਹਾਂ ਕਹਦੇ ਬਾਪੂ ਜੀ ਹੱਟੋ ਮੇਰੀ ਹਾਸੀ ਕਢਾ ਦੋਗੇ ਵਿੱਚ ਕਹਦੇ ਮਰੋੜੇ ਲੱਗ ਰਹੇ ਜਿਆਦਾ ਚੱਕ ਲੈ ਹੈਲੋ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਮੈਂ ਨਾ ਸਿੱਬੋ ਦੀ ਕੁੜੀ ਬੋਲਦੀ ਹਾਂ 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 ਤੁਸੀਂ ਆਉਣਾ ਸੀ ਵੀਰੇ ਹਾਂ ਅੱਜ ਪਰ ਵੀਰੇ ਅੱਜ ਨਾ ਆਇਓ ਤੁਸੀਂ ਮੁੜ ਜਾਓ ਫਿਰ ਤਾਂ ਜੇ ਪਹੁੰਚ ਗਏ ਰਾਹ 'ਚ ਬੇਬੇ ਬਾਲੀ ਬਿਮਾਰ ਹੋ ਰਹੀ ਆ ਉਹਨੂੰ ਲੈ ਕੇ ਜਾਂਦੇ ਆ ਉਹਨੂੰ ਲੂਜ ਮੋਸ਼ਨ ਲੱਗ ਰਹੇ ਨੇਗੇ ਹਾਂ ਹਾਂ ਵੀਰੇ ਠੀਕ ਆ ਚੰਗਾ ਚੰਗਾ ਵੀਰੇ ਬਾਪੂ ਜੀ ਫੋਨ ਵੀ ਲੈ ਜਾ ਧਰ ਦੇ ਇੱਥੇ ਸਿਰ ਤੇ ਤੈਂ ਕੀ ਕਰਨ ਆ ਗਈ ਮੇਰੇ ਕਿ ਨਹੀਂ ਪਊ ਗੱਲ ਨਹੀਂ ਬਾਤ ਨਹੀਂ ਹੋ ਟੁੱਕ ਜਾ ਲੁੱਕ ਜਾ ਇਹ ਬੋਲੀਏ ਓਹੋ ਮਸਾ ਮਾਰ ਕੇ ਘਰੇ ਡਿੱਗੀਆਂ ਤੁਰਿਆ ਕਿਹੜਾ ਜਾਂਦਾ ਲੈ ਦੇਖ ਲਿਆ ਭਲਾ ਕਹਿੰਦਾ ਤੀ ਫੋਨ ਕਰੂੰਗਾ ਮੈਂ ਮੈਨੂੰ ਤਾਂ ਬਲਾ ਹੀ ਚਾਹੋ ਹੋ ਰਿਹਾ ਮਗਰ ਖਾਣੀ ਕਿਤੇ ਟਲ ਗਿਆ ਬਾਈ ਜਾਣਾ ਚੱਲ ਜੇ ਵਿਚੋਲਾ ਆਇਆ ਤਾਂ ਕਹਿ ਦੂੰਗੀ ਭਾਈ ਮਗਰ ਤਾਂ ਸੰਗ ਦਾ ਹੈ ਕਿਤੇ ਉਰਾਂ ਪਰਾਂ ਗਿਆ ਹੋਣਾ ਕੋਈ ਨਹੀਂ ਮੈਂ ਫਿਰ ਤੇਰੀ ਗੱਲ ਕਰਾ ਦੂੰਗੀ ਤੂੰ ਫੋਟੋ ਮੈਨੂੰ ਦਿਖਾ ਜਾ ਦੇਖਾਂ ਕਿਤੇ ਫੋਨ ਫਾਨ ਤਾਂ ਨਹੀਂ ਆਇਆ ਮੇਰੇ ਮਗਰੋਂ ਇੱਕ ਤਾਈ ਨੂੰ ਵੀ ਧਰ ਕੇ ਭੁੱਲ ਜਾਂਦੀ ਹੈ ਜੈ ਰੋਈ ਨੂੰ ਨਾ ਨਾ ਕਿਸੇ ਦਾ ਨਹੀਂ ਆਇਆ ਹੈਗਾ ਚੱਲ ਕੋਈ ਨਹੀਂ ਜਦ ਆਜੂਗਾ ਗੱਲ ਕਰ ਲੂੰਗੀ ਹੋਰ ਕੀ ਕਰਾਂ ਫਿਰ ਹੁਣ ਦੇਖ ਲੈਣੀ ਕੁੜੀ ਕਿਵੇਂ ਚੌੜੀ ਹੋਈ ਬੈਠੀ ਆ ਹਨ ਦੇਖੀ ਤਾਂ ਕਹਿੰਦੀ ਮੈਂ ਕਰਦੀ ਆ ਫੋਨ ਕਾਲੇ ਨੂੰ ਕੋਈ ਨਾ ਦੇਖੂਗਾ ਧੋਤੇ ਮੂੰਹ ਤੇ ਚਪੇੜ ਬੱਜੀ ਤੇਰੇ ਹਾਂ ਪਾਲੀ ਫਲਕਾਰੀ ਸਮਾਰ ਕੇ ਬਹੁਤ ਤੇ ਹੋਰ ਨਾਲੇ ਪਾਣੀ ਪੀਣੀ ਬਾਰ ਕੇ ਹਾਂ ਬਾਪੂ ਜੀ ਮੈਂ ਤਾਂ ਇਹ ਕਹਿਣੀ ਆ ਹੁਣ ਆਪਾਂ ਲੱਗੇ ਹੱਥ ਨੰਬਰ ਬਲੌਕ ਵੀ ਕਰ ਜਾਾਂਗੇ ਤਾਂ ਪਈ ਜੂਗੀ ਹੁਣ ਆਹੋ ਬਸ ਕਰ ਚੰਗਾ ਐਵੇਂ ਹੋਰ ਗੱਲ ਪਵਾਵੇਂਗੀ ਹੋਰ ਉਹ ਕਿਉਂ ਦਾ ਬਲੌਕ ਹੁੰਦਾ ਬਾਪੂ ਜੀ ਫਿਰ ਜਿਹੜਾ ਉਹ ਹੋ ਆਊਗਾ ਨਾ ਫੋਨ ਬੇਬੇ ਕੋਲ ਬੇਬੇ ਨੂੰ ਪਤਾ ਵੀ ਨਹੀਂ ਲੱਗੂਗਾ ਅੱਛਾ ਜੀ ਹਾਂ ਲੈ ਮਗਰ ਇਹ ਵੀ ਨੀ ਖੁੱਲਦੀ ਹੋਏ ਕੋਈ ਹੁਣ ਪੜੋ ਮੈਂ ਉਰੀ ਬੈਠਾ ਰਹੂ ਹੁਣ ਮੈਂ ਜਾਣਾ ਤਾਂ ਹੈਗਾ ਹੁਣ ਜੇ ਖੁੱਲੂ ਫੇਰੇ ਜਾਊਂਗਾ ਕਿਵੇਂ ਜਾਊਂਗਾ ਪਤਾ ਨੀ ਮੈਂ ਹੁਣ ਉਹ ਆਹ ਖੁੱਲ ਗਈ ਪੜ ਜਾ ਤਾਂ ਬੰਦੇ ਨੇ ਚ ਤਾਂ ਹੋਏ ਇਹਦਾ ਕੀ ਪਤਾ ਦੋਏ ਨੇ ਪੜ ਜਾ ਕਿੱਥੇ ਤੱਲ ਜਾਊ ਸਾੜੀ ਕਿੱਥੇ ਤਾਂ ਹੋਏ ਬੰਦ ਹੋ ਗਈ ਹੋਏ ਬਾਈ ਉਹ ਮੰਗੇ ਹੋਏ ਬੰਦ ਹੋ ਗਈ ਉਹ ਮੰਗੇ ਕਿਹਨੂੰ ਪੁੱਛਾਂ ਕਿੱਥੇ ਲੱਭਾਂ ਇੱਥੇ ਤਾਂ ਕਿਤੇ ਦੀਂਦਾ ਨਹੀਂ ਹੈਗਾ ਧਨੋਗਾ ਉੱਤਰ ਕੇ ਕਾਰ 'ਚੋਂ ਨਾ ਐਂ ਛੁੱਟ ਲਿਆ ਜਿਵੇਂ ਕਿ ਇੱਥੇ ਦਾ ਭੇਤੀ ਆ ਰੋਜ਼ ਆਉਂਦਾ ਹੋਵੇ ਵੀ ਦੱਸ ਉਰੇ ਦਾਰੂ ਲੱਭ ਲੇਗਾ ਜੀ ਮੂਤਦੀ ਰਹਿੰਦੀ ਆ ਹਰ ਟਾਈਮ ਦਾਰੂ 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 ਮੈਂ ਦੁਨੀਆ ਦਾ ਪਹਿਲਾ ਕੰਜਰ ਬੰਦਾ ਜਿਹੜਾ ਵਿਆਹ ਕਰਾ ਕੇ ਵੀ ਇੱਥੇ ਪ੍ਰਾਹੁਣੇ ਨਾਲ ਫਿਰਦਾ ਲੋਕ ਆਪਦੇ ਘਰ ਆਈਆਂ ਨਾਲ ਆਉਂਦੇ ਨੇ ਓਏ ਮੈਂ ਫੇਰ ਵੀ ਪ੍ਰਾਹੁਣੇ ਨਾਲ ਆ ਗਿਆ ਦੁਰ ਫਿੱਟੇ ਹੋਏ ਮੰਗਿਆ ਤੇਰੇ ਕਿੱਥੇ ਲੱਭਾਂ ਸਾਲ ਭੱਜ ਲਿਆ ਲੈ ਦੇਖ ਲਾ ਓਏ ਕਿਤੇ ਨਹੀਂ ਦੇਖਦਾ ਆਉਂਦਾ ਕੱਖ ਨਹੀਂ ਆਉਂਦਾ ਹੈਗਾ ਅਰੇ ਇੱਥੇ ਚੱਕੇ ਅੰਦਰ ਕਰ ਦੇਣਗੇ ਐਂ ਨਹੀਂ ਪਤਾ ਸਾਲਾ ਥੁੱਕਣ ਲੱਗ ਜੇ ਇੱਥੇ ਸਾਰੀ ਚੀਜ਼ ਬੰਦ ਕਰੀ ਹੋਈ ਆ ਸਾਲ ਨੂੰ ਉਹ ਪਵਾ ਤਾਂ ਦਿੱਤਾ ਜੀ ਬੈਗ ਜਾ ਉਹਦੇ ਵਿੱਚ ਐਡਰੈਸ ਹੋਊਗਾ ਜੇ ਹੋਟਲ 'ਚ ਵਗ ਜੇ ਤਾਂ ਚੰਗੀ ਗੱਲ ਆ ਕਿਸੇ ਨੂੰ ਦਿਖਾ ਦਿਖੂ ਕੇ ਕਿਹਨੂੰ ਦੇਖਾਂ ਯਾਰ ਇੱਥੇ ਪੁੱਛਾਂ ਨਾ ਤਾਂ ਯਾਰ ਸਮਝ ਆਉਂਦੀ ਆ ਉਪਰਾ ਦੇਸ ਆ ਉਪਰੇ ਲੋਕ ਨੇ ਵੀ ਮੱਗਰ ਸਿੰਘ ਕਿੱਥੇ ਲੰਘ ਗਿਆ ਸਾਡੇ ਵਾਲਾ ਲੈ ਚੱਲ ਭਾਈ ਚੱਲ ਚੱਲ ਮਸਾਂ ਪਹੁੰਚਿਆ ਘਰੇ ਉਹ ਚੱਲ ਕੋਈ ਨਹੀਂ ਭਾਈ ਪਹੁੰਚਦਾ ਗਏ
ला देख ला। ओ भैया तेरी माँ खा के सत रोटियां पी के लस्सी का कौला आए पाएगी। बस कह दिया नी राज नी उठ गड़ बीमारी नी राज नी खड़ी हो जा। ओहो डराती मैं ता डरने नू दस गड़ा मखिया लड़ गए तेरे। सत श्री अकाल पुत जिउंदी वस दिया है बड़ी सारी उम्र होवे सोडी बह जा आ गई होर की बस चल बधिया रही पुत आ गई ना मेरी ता किसे नू फिकर है नहीं की क्यों होर की मम्मी जी थोनू फोन ला लिया तुसी ना चक्या उधर मंगे नू फोन ला लिया उन्हें ना चक्या अब बापू जी का फोन लग गया एक बारी लग गया मुड़ के कहना नेटवर्क ही नहीं है गे। नहीं एदा तो नेटवर्क उड़ी रहिंदा गा फिर मैनू तो ऐ डर रहिंदा भी किते ना उड़ जाए किसी दिन है वह मंगे वाली सुन ला मंगा तो प्राणे नू लेके उत गया होया लुधियाने कपड़े लैन क्यों ओहो प्राणा आ रहा तीगा वह कहना मेरे को कपड़े नहीं है मैंने कपड़े दवा के लिया कले नाल कदे गया नहीं बेचारा मंगा कहना मां मैं नाल बग जा महा बग जा। हाँ तेरे वाले घर मुंडे तो बिना तो कपड़े नहीं ले जाते थे क्यों क्यों एस डी एम लग्या होती भी ज्यादा वधिया लेके दे दूगा ब्याह तो कल हो के हटिया मंगे का बे मंगे का ब्याह होया हूँ कपड़े तो पाने प्राणे नु कपड़े दवाने गया है मैं कद कहने मंगे वास्ते लैन गया वो क्यों नहीं तू जो कई गल छी होंगी किसी पास लैंड से लिया कर इन्हों आप ड्यूटी चलिया गया सवेरे सवेरे मेन कोई छा जी नहीं लगे होना मेरी धी का उठे जी नहीं लगे मेरी नूह मेरे बिना देख ला हूं तेन बड़ा प्यार आने लग गया चंद्री चौक जी का किसी टाइम कहनी होंगी हाँ मैं बग जानी कद मेरा मोडा दुखद कद मेरा गोडा दुखद तेरे तो यही नहीं मुकते कंजर पानी बे कम कर दी दुखते ने हड मोडे जा तेरा जी करता जदी सोटी मारना कदे मोडे दे बथेरा कुटिया जवानी पै रहे रूपे नाम ला भी पाया रूप सिया हूं आप ही करी कत्री जा कथे फस गया ती मगर वे ती मैं बोतले होर हिसाब दया वे कथे हाँ कथे गया ना कुछ पता लगता कि कमरे ने कथे है आ की लिखा वे तीजा एक दूआ तो 120 इधर नू आए इधर नू देख जाके इतना ही खत्म हो गए दो कमरे कथे पसाता मंगे यार मैनू ना मैं पता लगता कुछ भी कमरे कथे नहीं हो गए यार मैं नहीं मता पेंड भजू मता भजू पेंड सारा कह के मैनू कहता बाहर जावे ठोकिया दिल से बंदा तो हिंदी गल कर रहा थले हिंदी कहा मैनू ने भी इतने तेरा कमरा हाँ मिल गया कोई 213 चाबी कितने मेरी हाँ वो चाबी कितने पवे जो इतने शीसा भी लग्या हो कुछ भी चाबी कितने पवे कि पिछो आई फिर कितों हाँ की जाओ ना इतने पी होनी कितने हाँ की वो इन्हें टू जे करता होए खुल गया वो खुल गया हाँ नेरी नेरा पेंद्र तो वो यदा कितने वो लाने वाला इट कितने वो इट कोई बाहर भी खुल रखा मंगरू पता भी लगेगा इट चाके लिया दे कोई एवं कोई होर बड़ जूंदर आके इट चाके लिया जो अभी बढ़ जा देखी जाऊगी और क्या फिर बाहर खुला रख देगा बूट ला देने हाँ ला देने अपने बूट ऐ पता लग जू मंगे भी मगर उ बूट पे इतने कहते बहर उन्होंने पता लग जू इतने बूट फसा देना पिछले मैं हाँ फसा देना बूट पता लग जू कुछ फिर हाँ जी हाँ थोड़े पिंड पहुँच गया मैं आप सारे हल कर देंगे जो आप आ गए आप सिर चल के काम खरा हाँ मुंडिया बोल मार रहे हैं हाँ जी उ है ना
सारा मेरे ध्यान था तो मैंने कहा चक्कर पाई जाना नहीं फिर भी अगलू दस दी भी कहते रोड से बहाना सारा देखे हाँ भी हो मोटर एक इधर आ गई उधर आ गई है ना मैं दस पहले मैं एक मोटर था उधर आ गई एक इधर आ गई एक इधर आ गई मार लिया इधर आ गई की हो गया हाले तेन पता है बापू जी बस करो देखी क्यों बेचारे नु कुटिया गा वीरे खड़ा हो जा कोई देख लूगा हद कर की आ तै जमी मेरे ऐ दस हुन मेनू ऐ दस तू ਵੀ ਬੰਦੇ ਕਿਹੜੇ ਦਿਨ ਲੈ ਕੇ ਆ ਰਹੇ ਆ ਸ਼ਗਨ ਪਾਵੇਗਾ ਮੈਂ ਹੀ ਆਉਣਾ ਬਾਈ ਹੋਣਾ ਦੇਖ ਲਾ ਨਾ ਨਾ ਮੈਂ ਕਿਉਂ ਜੀ ਰਹੂ ਲੈਣ ਦਾ ਰਹਾ ਹੁਣ ਦੇਖ ਨਾਲੇ ਕੜਾ ਪਾਵਾਂਗੇ ਨਾਲੇ ਸ਼ਾਮ ਪਾਵਾਂਗੇ ਲੜੀ ਪਾ ਦਾਂਗੇ ਤੈਨੂੰ ਨਾ ਜੀ ਨਾ ਆ ਬੰਨੇ ਹੱਥ ਬਾਈ ਸਤਿ ਸ੍ਰੀ ਅਕਾਲ ਆਪਣੇ ਘਰੇ ਤਾਂ ਅੱਛਾ ਰਿਸ਼ਤਾ ਕਰਾਓ ਨਾ ਆਪਣਾ ਜਵਾਬਾ ਬਾਈ ਦੇ ਲੈ ਇੱਕ ਗੱਲ ਸੋਚ ਲਈ ਹਾਂ ਬੁੜੀ ਲਵੇ ਨਾ ਪਾਫ ਕਰਦੀ ਕਿਤੇ ਵੀ ਮਿਲੇ ਤੇ ਉਹ ਹਾਂ ਅੱਜ ਤਾਂ ਹੁਣ ਤੁਰ ਕੇ ਜਾਵੇਂਗਾ ਤੂੰ ਜੇ ਬੁੜੀ ਨੂੰ ਦੱਸਦਾ ਕਿ ਨਾ ਫਿਰ ਫੌੜੀਆਂ ਤੇ ਜਾਵੇਂਗਾ ਘਰੇ ਬਾਈ ਮੈਂ ਤਾਂ ਮਖਾ ਚੂ ਨਹੀਂ ਕਰਦਾ ਚਲਾਣ ਦਾ ਜਮੀ ਹਾਂ ਆ ਮੇਰੀ ਗੱਲ ਸੁਣਨਾ ਖੜ ਜਾ ਆ ਲੈ ਪੈਸੇ ਪਤੰਦਰਾ ਵਿਆਹ ਭਰਿਆ ਮੁੰਡਾ ਸਾਡਾ ਤੂੰ ਵੀ ਵਧੀਆ ਰਿਸ਼ਤੇ ਕਰਾਉਣਾ ਕਰਾਉਣੇ ਨੇ ਕੋਈ ਹੈ ਉਹਦੇ ਨੂੰ ਕਰਾ ਵੀ ਕੋਈ ਹੈ ਨਹੀਂ ਪਹਿਲਾਂ ਵਿਆਹ ਕੰਮ ਆ ਮੇਰਾ ਤਾਂ ਇਹ ਹਾਂ ਕੰਮ ਵਧੀਆ ਤੇਰਾ ਘਰ ਪੜਦਾ ਲੋਕਾਂ ਦੇ ਤੂੰ ਕੰਮ ਨਹੀਂ ਹੈਗਾ ਤੇਰਾ ਛੋਟੀ ਬੁੜੀ ਮੈਨੂੰ ਪੈਸੇ ਫੜਾਏ ਤੇ ਦੇਖ ਲਾ ਵਾ ਵੱਡਣ ਜੋਗਰੀ ਨੇ ਪਹਿਲੀ ਦੇਖੇ ਤੇ ਹਾਂ ਗੱਲਾਂ ਮਾਰਦਾ ਚੁੱਪ ਕਰਕੇ ਬਗ ਜਾ ਹੁਣ ਜੇ ਸਾਡੇ ਪਿੰਡ ਕਿ ਨਹੀਂ ਮੂੰਹ ਵੀ ਕਰ ਲਿਆ ਜਦੋਂ ਮੁੜ ਕੇ ਵੀਰੇ ਨਾਲੇ ਸਾਡਾ ਤਾਂ ਮਗਰ ਵਿਆਹਿਆ ਹੋਇਆ ਦੇਖੀ ਤੂੰ ਕਾਹਨੂੰ ਇਹੋ ਜਿਹੇ ਸਿਆਪੇ ਕਰਦਾ ਹਨਾ ਬਾਪੂ ਜੀ ਹੋਰ ਹੁਣ ਨਾਲੇ ਭਾਈ ਕੇਸ ਵੀ ਪੈ ਜਾਂਦਾ ਹੁੰਦਾ ਫਿਰ ਐ ਜਿਹੜਾ ਕੋਈ ਦੂਜਾ ਵਿਆਹ ਕਰਵਾਉਂਦਾ ਹਾਂ ਤੂੰ ਉਹਦੇ ਉੱਪਰ ਦੀ ਰਿਸ਼ਤਾ ਕਰਾਈ ਜਾਂਦਾ ਪਤੰਦਰਾ ਹੈ ਮੈਂ ਨਹੀਂ ਆਉਂਦਾ ਜੀ ਹੁਣ ਬਾਗ ਜਾ ਚੁੱਪ ਕਰਕੇ ਮੈਂ ਨਹੀਂ ਆਉਂਦਾ ਜੀ ਹੁਣ ਮੇਰਾ ਪੁੱਤਾ ਬਾਪੂ ਜੀ ਕਿੰਨਾ ਕੁੱਟਿਆ ਉਹ ਜਾਂਦਾ ਦੇਖ ਲੈ ਕਿਵੇਂ ਪੱਲਾ ਹੈ ਝਾੜ ਕੇ ਬਾਗ ਬਾਪੂ ਜੀ ਮੈਂ ਤਾਂ ਪਲਾ ਤੇ ਤੀ ਲੱਤ ਦੇ ਉਹ ਤੇਰਾ ਪਲਾ ਹੋ ਚਾ ਇਹਦਾ ਬਣ ਨਹੀਂ ਕਰਾਉਂਦੇ ਰਿਸ਼ਤੇ ਇਹ ਜਿਆ ਤੂੰ ਐ ਤਾਂ ਦੇਖ ਲੈ ਪਹਿਲਾਂ ਕੰਜਰਾ ਪੁੱਛ ਤਾਂ ਲੈ ਵੀ ਆਲਾ ਵਿਆਹ ਹੈ ਜਾਂ ਨਾ ਵਿਆਹ ਹੈ ਹੋਰ ਬਾਪੂ ਜੀ ਤੂੰ ਨਵੇਂ ਉੱਪਰ ਦੀ ਲਿਆ ਕੇ ਹੋਰ ਕਰਾਉਣਾ ਜਾਂਦਾ ਕਿਵੇਂ ਝੋਲਾ ਟੰਗੀ ਉਹਦੇ ਮੰਗੂ ਚੱਲ ਚੱਲੀ ਆਪਾਂ ਹੁਣ ਆਪਣਾ ਕੰਮ ਬਣ ਗਿਆ ਚੱਕ ਮੇਰੀ ਛੁੱਟੀ ਦੇਖੀ ਬਾਪੂ ਜੀ ਸਮਝਾਉਣਾ ਤਾਂ ਕੀ ਸੀ ਆਪਣੀ ਬੇਬੇ ਨੂੰ ਹਨਾ ਵੀ ਤੂੰ ਕਿਉਂ ਘਰ ਖਰਾਬ ਕਰਦੀਆਂ ਉਹਦੇ ਨਾਲ ਹੀ ਰਲ ਗਿਆ ਹੋਰ ਨਾਲ ਤਾਂ ਪੈਸੇ ਵੀ ਦੇਤੇ ਉਹ ਹਾਂ 5-4 ਹਜ਼ਾਰ ਰੁਪਇਆ ਮੈਂ ਕਹਿੰਦਾ ਪੈਸੇ ਕਿੱਦਾਂ ਜਾਂਦੇ ਨੇ ਕਿੱਧਰ ਜਾਂਦੇ ਨੇ ਹਨਾ ਪੈਸੇ ਤਾਂ ਐ ਖਵਾਉਂਦੀ ਉਹ ਹਲਨੇ ਲਹੂ ਪੀ ਲਿਆ ਬੀਬੀ ਨੂੰ ਫੋਨ ਕਰਨ ਦੇ ਦੱਸਾਂ ਉਹਨਾਂ ਨੂੰ ਵੀ ਆਹ ਕਰਤੂਤ ਕਰੀ ਆ ਚੱਲ ਲੱਜਾ ਓਹੋ ਆ ਕਿਹਦਾ ਆ ਗਿਆ ਮੈਂ ਤਾਂ ਮੰਗੇ ਦਾ ਲੱਗਦਾ ਗਾ ਇਹ ਹੈਂ ਹੈਲੋ ਹਾਂ ਮੰਗੇ ਸਤਿ ਸ੍ਰੀ ਅਕਾਲ ਪੁੱਤ ਹੈਂ ਬੂ ਮੈਂ ਮਰ ਜਾ ਹੈ ਬੇ ਤੁਸੀਂ ਡੁਬਈ 'ਚ ਕੀ ਕਰਨ ਗਏ ਹੋ ਨਾ ਕਹਿ ਕੇ ਤਾਂ ਮੈਨੂੰ ਲੁਧਿਆਣੇ ਗਿਆ ਤੂੰ ਵੀ ਕੱਪੜੇ ਲੈਣ ਜਾਂਦੇ ਆ ਮਾਂ ਲੈ ਦੱਸ ਫਿਰ ਬੇ ਹੈਂ ਬੂ ਮੈਂ ਮਰ ਜਾ ਕਿੱਧਰ ਭੱਜ ਗਿਆ ਵੇ ਲੈ ਦੇਖ ਲਾ ਕਹਿੰਦਾ ਸੋਡਾ ਸਹੇੜਿਆ ਹੋਇਆ ਚੱਲ ਚੰਗਾ ਤੁਸੀਂ ਘਰੇ ਆ ਜਿਓ ਪੁੱਤ ਠੀਕ ਆ ਬਹੂ ਆਉਂਦੇ ਆ ਚੰਗਾ ਚੱਲ ਠੀਕ ਆ ਪੁੱਤ ਧਿਆਨ ਨਾਲ ਆ ਜੀ ਲੈ ਕੇ ਆਈ ਨਾਲ ਇਹਨੂੰ ਕੀ ਦੱਸੂਗੀ ਹੁਣ ਮੈਂ ਮੰਮੀ ਜੀ ਮੈਂ ਤੁਹਾਨੂੰ ਸਾਰੇ ਪਾਸੇ ਭਾਲ ਆਈ ਡੰਗਰ ਵਾਲੇ ਪਾਸੇ ਮੈਂ ਦੇਖਿਆ ਜੀ ਤੁਸੀਂ ਕਿੱਧਰ ਚੱਲੇ ਹੋ ਤਿਆਰ ਵਿਆਰ ਹੋ ਕੇ ਮੈਂ ਤਾਂ ਪਿੰਡ 'ਚ ਜਾ ਕੇ ਆਉਂਦੀ ਪੁੱਤ ਉਹ ਤੇਰੀ ਮਾਸੀ ਬਿਮਾਰ ਹੋ ਰਹੀ ਆ ਆ ਠੰਡ ਜੀ ਲੱਗੀ ਹੋਣੀ ਹੈ ਮੈਂ ਕਿਹਾ ਚੱਲ ਪਤਾ ਲੈ ਆਵਾਂ ਭੱਜ ਕੇ ਜਾ ਕੇ ਮੈਂ ਤਾਂ ਚਾਹ ਪੀਣ ਵੱਲੋਂ ਬੈਠੀ ਹਾਂ ਓਹੋ ਕਹਿੰਦੀ ਚਾਹ ਪੀਣ ਗੱਲੋਂ ਬੈਠੀ ਹਾਂ ਪੁੱਤ ਤੂੰ ਚਾਹ ਕਰਕੇ ਪੀ ਲਈ ਆਪੇ ਮੈਂ ਜਾਂਦੀ ਹਾਂ ਮੈਂ ਤਾਂ ਹੁਣ ਆ ਜਾਊਂਗੀ ਤੇ ਧਿਆਨ ਰੱਖੀ ਘਰ ਦਾ ਠੀਕ ਆ ਆਹੋ ਮੈਂ ਤਾਂ ਹੁਣ ਆ ਮੁੜੇ ਆਊਂਗੀ ਕਿੱਥੋਂ ਆਹੋ ਲੈ ਦੱਸ ਤੂੰ ਕਿੱਧਰ ਜਾਂਦੀ ਆ ਹੁਣ ਤੂੰ ਮਾਰਦੇ ਬਾਜ ਹੁਣ ਮੰਗਰੋ ਕਾਲੀ ਬਿੱਲੀ ਵਾਂਗੂ ਰਸਤਾ ਕੱਟਦਾ ਰਹਿਣਾਗਾ ਐਨ ਜਮਾ
ਕੀ ਗੱਲ ਆ ਤੇਰਾ ਜੀ ਨਹੀਂ ਲੱਗਦਾ ਹੈਗਾ ਤੂੰ ਨਾ ਕਿਤੇ ਟਿਕ ਕੇ ਖੜ ਜੀ ਘਰੇ ਕਦੇ ਕਿਸੇ ਦਾ ਫੋਨ ਆ ਗਿਆ ਕਦੇ ਕਿਸੇ ਦਾ ਫੋਨ ਆ ਗਿਆ ਹੁਣ ਤੈਨੂੰ ਫੋਨ ਦਾ ਵੀ ਪਤਾ ਲੱਗਾ ਵੀ ਕਿਹਦਾ ਆ ਗਿਆ ਹੁਣ ਉਰੇ ਬੈਠੀ ਦਾ ਫੋਨ ਤੇ ਗੱਲਾਂ ਕਰ ਰਹੀਆਂ ਤੂੰ ਆਏ ਹਾਏ ਬੇ ਫੋਨ ਕਿਹਦਾ ਹੋਣਾ ਉਹ ਮੇਰੇ ਵਾਲੀ ਭੈਣ ਦਾ ਆਇਆ ਤੇ ਤੇਰੀ ਸਾਲੀ ਦਾ ਪਿੰਡ ਵਾਲੀ ਦਾ ਕਿਉਂ ਬੇ ਉਹ ਪੁੱਛਦੀ ਤੇ ਉਹ ਬਿਮਾਰ ਹੋ ਰਹੀ ਹੈ ਕਹਿੰਦੀ ਕੀ ਗੱਲ ਹਜੇ ਤੱਕ ਕਰਾਈ ਨਹੀਂ ਨਾਲੇ ਕਹਿੰਦੀ ਤੇ ਮੈਂ ਆਉਂਗੀ ਹੁਣ ਉਹਦੇ ਕੋਲੇ ਜਾਨੀ ਉਹਨੂੰ ਮੈਂ ਕਿਹਾ ਦਿਮਾਗ ਮੈਂ ਤੁਰਪੀ ਬਸ ਹੁਣ ਆਉਣੀ ਆ ਤੂੰ ਨਾ ਕਿਤੇ ਘੰਟਾ ਘਰੇ ਖੜ ਜੀ ਤੇਰੀ ਲੱਡੀ ਲੱਗਦੀ ਚਾਹ ਦੀ ਤੁਸੀਂ ਜਾਇਓ ਆਹ ਚਾਹ ਦੀ ਘੁੱਟ ਕਰਕੇ ਪਿਆ ਦੇ ਨੇ ਇਹਨੂੰ ਜਾ ਵਗ ਜਾ ਉਹ ਤੇਰੀਆਂ ਨਹੀਂ ਬਗਾਰਾਂ ਮੁਕਦੀਆਂ ਹਾਏ ਬੇ ਰੱਬਾ ਨਾ ਤੇਰਾ ਘਰੇ ਇੱਕ ਇਕੱਲੇ ਦਾ ਦੀਦਾ ਨਹੀਂ ਲੱਗਦਾ ਵਗ ਜਾ ਪ੍ਰਾਈਵੇਟ ਬੱਸਾਂ ਦਾ ਹਾਲ ਕਰਕੇ ਬਾਗੀ ਇੱਧਰ ਬਾਗੀ ਬਗਾਰ ਵਾਲਾ ਕੰਮ ਕਰਖਾ ਦਿੰਦਾ ਤੂੰ ਰਹਿ ਸਰਕਾਰੀ ਵਾਲਾ ਡਰਾਈਵਰ ਜਾ ਵਗ ਜਾ ਵਗ ਜਾ ਭਰਾ ਟੁੱਟਨੇ ਨੇ ਕਿੱਥੋਂ ਤੋਂ ਮਾਰਦੇ ਟੀ ਖਾਣ ਤੱਕ ਆਉਂਦੀ ਆ ਸਾਰਾ ਦਿਨ ਚਲੋ ਭਾਈ ਚਲ ਚਲ ਕੰਮ ਚੱਲੇ ਨੇ ਕਿ ਆਹੋ ਕੰਮ ਚੱਲੀ ਆ ਇਹ ਟੋਕਣ ਨੂੰ ਮਰੇ ਦੀ ਇਹ ਲੱਗੀ ਆ ਨਸੀਬ ਆਹ ਦਿਮਾਗ ਖਾਣ ਨੂੰ ਆ ਜੂਗੀ ਉਰੇ ਦੱਸ ਉਹ ਮੁੰਡੇ ਦਾ ਤਾਂ ਸਤਾ ਪਤਾ ਨਹੀਂ ਲੈਂਦੀ ਕਿਸੇ ਪਾਸੇ ਬਾਪੂ ਜੀ ਤੁਸੀਂ ਕਾਹਨੂੰ ਪੰਗੇ ਲੈਣੇ ਰਹਿੰਦੇ ਜਦ ਤੁਹਾਨੂੰ ਪਤਾ ਉਹ ਕੰਮ ਚੱਲਿਆ ਨਾਲੇ ਮੁੰਡੇ ਨੂੰ ਮੰਗਾ ਕਿਹੜਾ ਜਵਾਕ ਆ ਉਹਨੂੰ ਆਪ ਨੂੰ ਨਹੀਂ ਪਤਾ ਹੈਗਾ ਨਾਲੇ ਬਾਹਰ ਮਾੜਾ ਮੋਟਾ ਦੇਖ ਲਿਆ ਕਰੋ ਜਿੱਥੇ ਦੇਖੋ ਤੁਸੀਂ ਉੱਥੇ ਹੀ ਲੜਨ ਬਹਿ ਜਾਂਦੇ ਹੋ ਲੈ ਲੜਨ ਨੂੰ ਭਾਈ ਹੋਰ ਕੀ ਕਰੀਏ ਘਰੇ ਤਾਂ ਇਹਦਾ ਗੋਹਾ ਨਹੀਂ ਸਿੱਟ ਹੁੰਦਾ ਆ ਫੋਨ ਜਾਂ ਸੁਣਦੀ ਆ ਜਾਂਦੀ ਆ ਚੱਪਲਾਂ ਪਾ ਕੇ ਪਾਰ ਖੜਦੀ ਰਹੇਗੀ ਕਿਤੇ ਤਾਂ ਕੋਈ ਨਹੀਂ ਬਾਪੂ ਜੀ ਹੁਣ ਘਰੇ ਹੀ ਹੁੰਦੀ ਹੈ ਕੋਈ ਕੰਮ ਗਈ ਹੋਗੀ ਜਦ ਤੁਹਾਨੂੰ ਕਹਿਤਾ ਕੰਮ ਚੱਲੀ ਆ ਉਹੀ ਕਿਉਂ ਤੁਸੀਂ ਲੜਦੇ ਰਹਿੰਦੇ ਸਾਰੀ ਦਿਹਾੜੀ ਕੰਮ ਨੇ ਭਾਈ ਮੇਰੇ ਦਾ ਬਸ ਤੋਂ ਬਾਹਰ ਹੋ ਰਿਹਾ ਕੰਮ ਕੰਮ ਕੁੰਮ ਕਿਹੜੇ ਨੇ ਇਹਨਾਂ ਦੇ ਬਸ ਤੁਸੀਂ ਇਹਨਾਂ ਦੀ ਗੱਲ 'ਚ ਪਿਆ ਹੀ ਨਾ ਕਰੋ ਹਾਂ ਇਹ ਨਹੀਂ ਖੜਦੀ ਮੰਮੀ ਨੂੰ ਨਾ ਕੋਈ ਗੱਲ ਕਿਹਾ ਕਰੋ ਮੈਨੂੰ ਨਹੀਂ ਵਧੀਆ ਲੱਗਦਾ ਸਾਰੀ ਦਿਹਾੜੀ ਲੜਦੇ ਰਹਿੰਦੇ ਉਹਨਾਂ ਖਾਣ ਪੀਣ ਵੇਲੇ ਆ ਜਾਂਦੀ ਆ ਰੂਪਾ ਫਿਰੀ ਜਾਂਦਾ ਕੰਮ ਕਰਦਾ ਸਾਰਾ ਦਿਨ ਕਦੇ ਇੱਧਰ ਵਗ ਜਾ ਕਦੇ ਇੱਧਰ ਵਗ ਜਾ ਚਲੋ ਛੱਡੋ ਬਾਪੂ ਜੀ ਆਜੋ ਆਪਾਂ ਚਾਹ ਚੂ ਪੀ ਲੈਨੇ ਲੈ ਚਲੋ ਭਾਈ ਆਇਆ ਕਿੱਥੇ ਬੈਠਾ ਓਏ ਨਾ ਇੱਥੇ ਤਾਂ ਨਹੀਂ ਹੈ ਹਵਾ ਨਹੀਂ ਲੱਗੇ ਇਹਨਾਂ ਨੂੰ ਪੁੱਛਦੇ ਆ ਵਾਹ ਕੀ ਹਾਲ ਆ ਵੀਰੇ ਹਲੋ ਮੱਗਰ ਦੇਖਿਆ ਵਾਟ ਮੱਗਰ ਆਈ ਡੋਨਟ ਨੋ ਹਿਮ ਹੂ ਇਜ਼ ਹੀ ਯਰ ਸਮਝ ਵੀ ਨਹੀਂ ਆਉਂਦੀ ਕਿ ਗੋ ਟੂ ਆਸਕ ਸਮਵਨ ਐਲਸ ਆਈ ਡੋਨਟ ਨੋ ਵਾਟ ਆਰ ਸੇਇੰਗ ਮੱਗਰ ਮੱਗਰ ਪ੍ਰਾਉਣਾ ਸਾਡਾ ਆਈ ਡੋਨਟ ਨੋ ਹਿਮ ਨੋ ਯਰ ਪ੍ਰਾਉਣਾ ਉੱਬੇ ਵਾਲਾ ਸੌਰੀ ਸਰ ਹਾਊ ਕੈਨ ਆਈ ਹੈਲਪ ਯੂ ਉੱਬੇ ਵਾਲਾ ਪ੍ਰਾਉਣਾ ਮੱਗਰ ਮੱਗਰ ਅੰਗਰੇਜ਼ੀ ਨੋ ਗੋ ਟੂ ਆਸਕ ਸਮਵਨ ਐਲਸ ਗੋ ਟੂ ਆਸਕ ਸਮਵਨ ਐਲਸ ਯਰ ਅੰਗਰੇਜ਼ੀ ਦਾ ਏ ਬੀ ਸੀ ਆਈ ਐਮ ਫੋਰ ਆਈ ਐਮ ਫੋਰ ਮੱਗਰ ਯੈਸ ਏ ਬੀ ਸੀ ਕੰਟੀਨਿਊ ਏ ਬੀ ਸੀ ਡੀ ਈ ਐਫ ਜੀ ਐਚ ਆਈ ਜੇ ਕੇ ਐਲ ਐਮ ਐਨ ਓ ਐਮ 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 ਮੱਗਰ ਵਾਟ ਆਰ ਯੂ ਸੇਇੰਗ ਪਰੋਣਾ ਨੋ ਸਰ ਗੋ ਟੂ ਆਸਕ ਸਮਵਨ ਐਲਸ ਆਈ ਡੋਨਟ ਨੋ ਕਿ ਮੈਂ ਸਮਝਾਵਾਂ ਮੈਂ ਇਹਨਾਂ ਨੂੰ ਮੈਂ ਸੌਰੀ ਯੂ ਵਾਂਟ ਟੂ ਟੇਕ ਅ ਸ਼ਾਵਰ ਯੈਸ ਸੇਮ ਸੇਮ ਡਿਟੋ ਮੱਗਰ ਵਾਟ ਆਰ ਯੂ ਸੇਇੰਗ ਆਈ ਡੋਨਟ ਨੋ ਆਈ ਡੋਨਟ ਅੰਡਰਸਟੈਂਡ ਥਿੰਗ Sorry, I can't get you. Punjabi. Sir, Punjabi. Yeah, Punjabi. No, no Punjabi. Go, sir. Go to ask someone else. I don't understand you. Yaar kithe panga le liya manga. Thank you, thank you. Dhanyawad, dhanyawad. Yeah. Kinu puchha. Awaz se chal andar e dekhna ja ke kamre ch hove khabra. Kithe fasi main ki jaroor kaddi firdi ha. Ki bitta ch fasiya main itthe. Je kise ne dekh laya pind wale ne jaroor se nikal ju mera ta. ਕੀ ਕੱਪੜੇ ਪਾਏ ਨੇ ਮੈਂ ਹੁਣ ਤਾਂ ਖੁਦ ਨੂੰ ਦੇਖ ਕੇ ਸ਼ਰਮ ਆਈ ਜਾਂਦੀ ਆ ਮੈਂ ਬਾਪੂ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਜਾਉਂਦਾ ਰਹਿ ਮਤਲਬ ਜਾਉਂਦਾ ਰਹਿ ਬਾਪੂ ਜੀ ਉਹ ਤਾਂ ਇਹ ਬੰਦਾ ਦੇਖੇ ਚੱਪਲਾਂ ਕੁੜੀਆਂ ਦੀਆਂ ਪਾਈ ਫਿਰਦਾ ਨਹੀਂ ਕੁੜੀਆਂ ਮੈਨੂੰ ਐਂ ਦੱਸ ਪਹਿਲਾਂ ਬੰਦੇ ਨਹੀਂ ਚੱਪਲਾਂ ਪਾ ਸਕਦੇ ਵੀ ਕੁੜੀਆਂ ਹੀ ਪਾ ਸਕਦੀਆਂ ਚੱਪਲਾਂ ਹਾਂ ਬਾਪੂ ਜੀ ਦੇ ਪੈਰਾਂ ਤੇ ਨੌ ਪਲਸ ਵੀ ਲੱਗੀ ਹੋਈ ਆ ਬਾਪੂ ਜੀ ਭਾਬੀ ਉਹ ਪੱਕਾ ਭਾਬੀ ਦੇ ਚੱਪਲਾਂ ਨਾਲ ਦੀਆਂ ਚੱਪਲਾਂ ਨੇ ਉਹ ਨਹੀਂ ਬਸ ਕਰਨੀ ਕਿਉਂ ਤੇਰਾ ਦਿਮਾਗ ਹਿੱਲ ਰਿਹਾ ਮੁੰਡਾ ਖੇਤ ਬੰਨੇ ਜਾ ਕੇ ਕੰਮ ਧੰਦਾਰਾ ਕਣਕ ਰਮਾਉਂਦਾ ਆਊਗਾ ਪਰ ਹੁਣ ਨਹੀਂ ਬਾਪੂ ਜੀ ਭਾਬੀ ਆਉ ਤਾਂ ਵੀ ਕੁੜੀਏ ਮੈਂ ਤਾਂ ਉਹਨਾਂ ਥੱਪੜ ਖਾ ਲਈ ਤੂੰ ਹਰੇਕ ਨੂੰ ਕਹਿੰਦੀ ਆ ਭਾਬੀ ਆ ਭਾਬੀ ਆ ਪਹਿਲਾਂ ਉਹ ਮੁੰਡੇ ਦਾ ਥੌਲਾ ਕਰਾਤਾ ਮੈਂ ਤਾਂ ਉਹਦੇ ਹੱਡ ਸੇਕ ਦੇ ਵਿਚਾਰੇ ਦੇ ਰਹਿਣ ਦੇ ਬਸ ਵਗ ਜਾਣ ਦੇ ਕੌਣ ਹੈ ਬਾਪੂ ਜੀ ਇੱਕ ਵਾਰ ਪੁੱਛ ਕੇ ਤਾਂ ਦੇਖ ਲਓ ਹਾਂਜੀ ਬਾਪੂ ਜੀ ਭਾਬੀ ਨੂੰ ਦੇਖੀਏ ਕੁੜੀਏ ਕਿਉਂ ਗੱਲ ਪਾਵੇਂਗੀ ਐ ਮਿੰਨੀ ਮੁੰਡਿਆਂ ਨੂੰ ਬੁਲਾਉਂਦੇ ਹੁੰਦੇ ਨਾਲੇ ਹੈ ਦਿਮਾਗ ਖੱਲ ਰਿਹਾ ਤੇਰਾ ਬਾਪੂ ਜੀ ਨਹੀਂ ਭਾਬੀ ਆ ਉਹ ਮੁੰਡਾ ਨਹੀਂ ਹੈਗਾ ਭਾਬੀ ਜੀ ਨਹੀਂ ਨਹੀਂ ਹੈਗੀ ਮੈਂ ਕਹਨਾ ਨਹੀਂ ਹੈਗੀ ਮੁੰਡਾ ਐ ਤਾਂ ਦੱਸ ਪਰ ਨਾ ਬੰਨਿਆ ਹੈ ਸਿਰ ਤੇ ਇਹਦੇ ਦੇਖਤਾ ਲੈ ਤੈਨੂੰ ਦੀਦਾ ਨਹੀਂ ਹੈ ਡੱਬੀ ਵਾਲਾ ਸਮੋਸਾ ਬੰਨਿਆ ਹੈ ਨਹੀਂ ਬਾਪੂ ਜੀ ਫਿਰ ਇਹਨੇ ਮੂੰਹ ਵੀ ਕਿਉਂ ਲੁਕੋਇਆ ਹੋਇਆਗਾ ਨਹੀਂ ਕਈ ਵਾਰੀ ਆ ਸਿਆਲ ਦਾ ਮਹੀਨਾ ਜਮਾ ਜ਼ੁਕਾਮ ਹੋ ਰਿਹਾ ਹੁੰਦਾ ਅਲਾ ਤਾਂ ਲੁਕੋ ਲਾਂਦਾ ਦੱਸ ਬਾਪੂ ਜੀ ਉਹ ਭਾਈ ਮੁੰਡਿਆ ਉਹ ਜਵਾਨਾ ਖੜੀ ਮੜ ਜਾ ਉਹ ਮੁੰਡਿਆ ਉਹ ਖੜਤਾ ਜਾ ਮੱਲ ਖੜੀ ਮੜ ਜਾ ਉਹ ਮੱਲ ਖੜੀ ਪੁੱਤਾ ਖੜ ਜਾ ਮੜ ਜਾ ਮੇਰਾ ਰਾਹ ਦੇਖੀ ਆ ਕੁੜੀ ਬੁਲਾਉਂਦੀ ਆ ਭਾਈ ਸਾਡੀ ਭੱਜ ਲਾ ਬਾਪੂ ਪੁੱਤ ਖੜ ਜਾ ਐ ਕਿਉਂ ਦੇਖੀ ਅਸੀਂ ਕਿੱਡੀ ਦੂਰੋਂ ਕਹਿਣ ਲੱਗਿਆ ਐ ਕਦੋਂ ਕਰਦਾ ਮੱਲ ਤੂੰ ਦੱਸ ਬਾਬਾ ਜੀ ਘਰ ਨੂੰ ਜਾਣ ਨੂੰ ਲੇਟ ਹੋ ਰਿਹਾ ਮੈਂ ਉਹ ਕੋਈ ਨਾ ਪੁੱਤ ਘਰ ਨੂੰ ਵਗ ਜੀ ਹੈ ਮੱਲ ਮੜਿਆ ਪਰਨਾ ਲਾਹੀ ਪਰਨਾ ਕਦੋਂ ਬੰਨ ਰੱਖਿਆ ਪੁੱਤ ਮੂਤੇ ਤਾਂ
ਮੇਰੇ ਚ ਖਾਮ ਹੋ ਰਿਹਾ ਮੈਂ ਤਾਂ ਬੰਨੇ ਪਰ ਉਹ ਕੋਈ ਨਾ ਪੁੱਤ ਲਾਵੇ ਮੈਂ ਲੱਲਾ ਦੇ ਮਣ ਜਾ ਦਿਖਾ ਯਾ ਦੇਖੀ ਕੁੜੀ ਨੂੰ ਸ਼ੱਕ ਪਈ ਜਾਂਦੀ ਹੈ ਕਹਿੰਦੀ ਇਹ ਕੌਣਾ ਕੌਣਾ ਮਖਾ ਪਈ ਉਹ ਫਲਾਣ ਦਾ ਮੁੰਡਾ ਹੈ ਤਾਂ ਬਾਪੀ ਹੱਥ ਵੀ ਦੇਖੋ ਹੈ ਕੁੜੀਏ ਤੂੰ ਪਾਗਲ ਤਾਂ ਨਹੀਂ ਹੋ ਰਹੀ ਮੈਨੂੰ ਐ ਦੱਸ ਪਹਿਲਾਂ ਦੱਸ ਹਨਾ ਪੁੱਤ ਲਾ ਦੇ ਮਣ ਜਾ ਪਰਨਾ ਮੇਰਾ ਕਿਹਦਾ ਮੁੰਡਾ ਤੂੰ ਇਹ ਦੱਸੀ ਮਲਾ ਕਿਹਦਾ ਪੁੱਤ ਲਾਈ ਮਣ ਜਾ ਲਾ ਦੇ ਫਿਰ ਕਿਉਂ ਗਿਆ ਹਾਏ ਭਾਬੀ ਦੁਰ ਫਿੱਟੇ ਮੂੰਹ ਤੇਰੇ ਨੀ ਕੁੜੀਏ ਮਰ ਜੇ ਤੂੰ ਮੈਂ ਕਹਿੰਦਾ ਰੱਬ ਕਰਕੇ ਦੱਸ ਕਿੱਡਾ ਜ਼ੁਲਮ ਕਰਿਆ ਤਾਂ ਇਹ ਹੈ ਨਾ ਇਹ ਕੀ ਕਰੀ ਫਿਰਦੀਆਂ ਤੂੰ ਬਾਪੂ ਜੀ ਪੁੱਛੋ ਨਾ ਮੇਰਾ ਕੀ ਹਾਲ ਹੋਇਆ ਪਿਆ ਤੇ ਨੀ ਦੇਖ ਲਾ ਕਿ ਮੈਂ ਘਰੋਂ ਬੇਘਰ ਹੋਈ ਆ ਘਰਾਣੇ ਘਰ ਦੀ ਨੂੰਹ ਧੀ ਆ ਇਹ ਫਿਰਦੀ ਆ ਕਿ ਮੈਂ ਕਿਹੜਾ ਭੇਸ ਬਦਲਾਈ ਹੈ ਕਿਹਾ ਸੀ ਨਾ ਤੁਹਾਨੂੰ ਵੀ ਭਾਬੀ ਆ ਬਾਪੂ ਜੀ ਇਹ ਨੀ ਤਾਂ ਕਿਹਾ ਸੀ ਮੈਨੂੰ ਨੀ ਇਸ ਗੱਲ ਦੀ ਉਹ ਹੀ ਮਾਂ ਕੋਈ ਹੋਰ ਨੇ ਜਵਾ ਕੇ ਦੇ ਭਾਬੀ ਜੀ ਆ ਤੁਸੀਂ ਕੀ ਪਾਈ ਫਿਰਦੇ ਹੋਗੇ ਕਿਹਦੇ ਕੱਪੜੇ ਨੇ ਇਹ ਨੀ ਜੋ ਪੁੱਛਣਾ ਜਦੋਂ ਮੈਂ ਕੋਠੇ ਤੇ ਸੀ ਨਾ ਬਾਪੂ ਜੀ ਨੇ ਮੈਨੂੰ ਕੋਠੇ ਤੇ ਚੜਾਤਾ ਵੀ ਤੂੰ ਉੱਤੇ ਲੁਕ ਜਾ ਭਾਬੀ ਵੀ ਬੇਬੇ ਨਾ ਦੇਖ ਲੈ ਤੈਨੂੰ ਪਤਾ ਨਹੀਂ ਬੇਬੇ ਨੂੰ ਕੀ ਹੋਇਆ ਕੱਪੜੇ ਚੱਕ ਕੇ ਉੱਤੇ ਆ ਗਈ ਕੋਠੇ ਤੇ ਮੈਂ ਤਾਂ ਭੱਜਾ ਪੈ ਗਈ ਮੈਂ ਕਿਹਾ ਮੈਂ ਜਾਵਾਂ ਤਾਂ ਜਾਵਾਂ ਕਿੱਥੇ ਮੈਂ ਕੀ ਕੀਤਾ ਆਪਣੇ ਪਿੱਛੇ ਵਾਲੇ ਘਰਾਂ ਦੇ ਨਾ ਟਰਾਲੀ ਖੜੀ ਸੀ ਜੀਰੀ ਦੀ ਭਰੀ ਮੈਂ ਤਾਂ ਕੋਠੇ ਤੋਂ ਛਾਲ ਮਾਰੀ ਹੋ ਤੇਰਾ ਭਲਾ ਹੋ ਜੇ ਬਸ ਜਦੋਂ ਮੈਂ ਛਾਲ ਮਾਰੀ ਮੈਂ ਤਾਂ ਉੱਥੇ ਬੇਹੋਸ਼ ਹੋ ਗਈ ਟਰਾਲੀ ਛਾਲ ਮਾਰੀ ਤੈਂ ਹੋਰ ਤੇਰਾ ਮੈਂ ਤਾਂ ਹੋਰ ਕੁਝ ਸੁੱਝੇ ਹੀ ਨਹੀਂ ਹੈਗਾ ਮੈਂ ਕਿੱਥੇ ਜਾਵਾਂ ਕਿੱਥੇ ਨਾ ਜਾਵਾਂ ਬੇਬੇ ਜੋ ਆ ਗਈ ਸੀ ਛੱਤ ਤੇ ਹਾਂ ਮੈਂ ਉੱਥੇ ਬੇਹੋਸ਼ ਹੋ ਗਈ ਉਹਨਾਂ ਨੇ ਵੀ ਨਹੀਂ ਦੇਖਿਆ ਵੀ ਮੈਂ ਉੱਪਰ ਟਰਾਲੀ 'ਚ ਪਈ ਆ ਅੱਛਾ ਉਹ ਟਰਾਲੀ ਲੈ ਗਏ ਮੰਡੀ 'ਚ ਹੋ ਤੇਰਾ ਡੁੱਬ ਜਾਣੀ ਹੈ ਜਦੋਂ ਟਰਾਲੀ ਉਹ ਮੰਡੀ 'ਚ ਲੈ ਕੇ ਗਏ ਮੈਨੂੰ ਤਾਂ ਉੱਥੇ ਹੋਸ਼ ਆਇਆ ਜਦੋਂ ਦੇਖਿਆ ਮੇਰੇ ਤਾਂ ਕਮੀਜ਼ ਵੀ ਫਟ ਗਿਆ ਸੀ ਸਾਰਾ ਸਾਈਡ ਤੋਂ ਮੈਂ ਨਾ ਕਿਤੇ ਜਾਣ ਜੋਗੀ ਨਾ ਉਹ ਕੱਪੜਿਆਂ ਨਾਲ ਮੈਂ ਉੱਥੋਂ ਤੁਰਨ ਜੋਗੀ ਫਿਰ ਨਾ ਉਹਨਾਂ ਦੀ ਟਰਾਲੀ ਦੇ ਵਿੱਚ ਹੀ ਨਾ ਕੱਪੜੇ ਪਏ ਸੀ ਬਾਪੂ ਦੇ ਨਾਲ ਰੋਟੀ ਪਈ ਸੀ ਮੈਂ ਕੀ ਕੀਤਾ ਉੱਥੋਂ ਬਾਪੂ ਦੇ ਕੱਪੜੇ ਹੀ ਚੱਕ ਲਏ ਫਿਰ ਉੱਥੋਂ ਹੁਣ ਤੁਰੀ ਆਉਂਦੀ ਸੀ ਘਰ ਕਿਨੀ ਨੂੰ ਦੇਖ ਲਾ ਨੀ ਕੁੜੇ ਬਾਪੂ ਜੀ ਕਿੱਡਾ ਕਹਿਰ ਹੋਇਆ ਹੈ ਮੈਂ ਤਾਂ ਸ਼ਰਮ ਆਉਂਦੀ ਸੀ ਤੁਹਾਡੇ ਮੂਹਰੇ ਆਉਂਦੇ ਨੂੰ ਤੇ ਤਾਂ ਭੱਜੀ ਜਾਂਦੀ ਸੀ ਮੈਂ ਦੇਖ ਲਾ ਭਾਬੀ ਐਵੇਂ ਕਰ ਹੁਣ ਮੂੰਹ ਜਾਂ ਲਕੋ ਲਾ ਦੇਖੀ ਪਿੰਡ ਦੇ ਲੋਕ ਫਿਰਦੇ ਨੇ ਤਾਂ ਤਾਂ ਮੂਲ ਕੋ ਰੱਖਿਆ ਸੀਗਾ ਕਿਸੇ ਨੇ ਦੇਖ ਲਿਆ ਕੀ ਕਹਿਣਗੇ ਵੀ ਕਿੰਨਾ ਦੇ ਜਵਾਕ ਨੇ ਕੀ ਕੱਪੜੇ ਪਾਈ ਫਿਰਦੇ ਨੇ ਐਸ ਬੜਾ ਮੈਨੂੰ ਬਾਪੂ ਜੀ ਹੁਣ ਘਰੇ ਤਾਂ ਲੈ ਜਾਓ ਭਾਬੀ ਨੂੰ ਭਾਬੀ ਕੋਈ ਦੇਖ ਨਾ ਲਵੇ ਲਕੋਲਾ ਮੂੰਹ ਜਾਂ ਸਮਾਰ ਕੇ ਚੱਲ ਪੁੱਤ ਘਰੇ ਆ ਜਾ ਤੂੰ ਕੋੜਨੇ ਸਾਨੂੰ ਦੱਸਦਾਂ ਦੀ ਵੀ ਮੈਂ ਬਾਗੀ ਇੱਧਰ ਹੈ ਬਾਪੂ ਜੀ ਕਿੱਥੋਂ ਦੱਸਾਂ ਮੈਂ ਤਾਂ ਬੇਹੋਸ਼ ਹੋ ਗਈ ਸੀ ਤੁਹਾਨੂੰ ਨਹੀਂ ਪਤਾ ਤੁਸੀਂ ਬੇਬੇ ਨੂੰ ਕੋਠੇ ਦੀ ਕਿਉਂ ਚੜਾ ਦਿੱਤਾ ਆ ਇਹਨੂੰ ਪਤਾ ਤਾਂ ਹੈਗਾ ਸੀ ਇਹ ਕੋਠੇ ਤੇ ਲੁਕੋ ਕੇ ਆਈ ਹੈ ਮੈਨੂੰ ਉਹ ਭਾਈ ਸਾਨੂੰ ਕੀ ਪਤਾ ਦੀ ਵੀ ਉਹ ਕੋਠੇ ਤੇ ਚੜੂਗੀ ਉਹਦਾ ਸਾਰਾ ਦਿਨ ਹਲਕੂ ਹਲਕੂ ਕਰਦੀ ਰਹਿੰਦੀ ਆ ਇੱਕ ਥਾਂ ਵੀ ਨਹੀਂ ਖੜਦੀ ਮੈਂ ਤੁਹਾਨੂੰ ਦੱਸਿਆ ਨਹੀਂ ਦੀ ਵੀ ਮੈਂ ਤਾਂ ਨਹਾਉਣ ਲੱਗ ਗਈ ਸੀ ਬੇਬੇ ਪਤਾ ਨਹੀਂ ਕਿੱਧਰ ਨੂੰ ਭੱਗ ਗਈ ਉਹ ਕੋਠੇ ਦੀ ਚੜ ਗਈ ਜੀ ਹੋਰ ਆ ਉਹੀ ਤਾਂ ਗੱਲ ਆ ਤਾਂ ਹੀ ਭਾਈ ਡਰਦੀ ਮਾਰੀ ਇਹਨੇ ਉਹ ਗਮਾਂਡੀਆਂ ਦੇ ਕੋਠੇ ਦੇ ਛਾਲ ਮਾਰੀ ਹੋਰ ਮੈਂ ਕਿਹਾ ਜੇ ਮੈਨੂੰ ਦੇਖ ਲਿਆ ਹੋਰ ਹੋਣਾ ਸੀ ਆਪਾਂ ਛੇੜ ਦੇਣਾ ਉਹ ਕੱਲ ਜੀਰੀ ਲਿਆ ਤੇ ਵੱਢ ਕੇ ਰਾਤ ਨੇਰਾ ਹੋ ਗਿਆ ਟਰਾਲੀ ਘਰੇ ਖੜਾ ਸੀ ਬਸ ਇਹਨੇ ਤਾਂ ਐ ਸੀ ਵੀ ਥੱਲੇ ਛਾਲ ਮਾਰ ਟਰਾਲੀ ਦੇ ਵਿੱਚ ਗਿਰ ਪਈ ਨਾ ਜੇ ਟਰਾਲੀ ਨਾ ਹੁੰਦੀ ਮੇਰੇ ਲੱਤਾਂ ਟੁੱਟਿਆਂ ਦੀ ਸ਼ੁਕਰ ਕਰ ਤੂੰ ਟਰਾਲੀ 'ਚ ਡਿੱਗੀਆਂ ਮੈਂ ਤੂੰ ਨਹੀਂ ਹੁੰਦੀ ਦੀ ਫਿਰ ਜੇ ਟਰਾਲੀ ਨਾ ਹੁੰਦੀ ਤੀ ਲੈ ਪਰੌਣਾ ਸਾਡਾ ਸੰਦੇ ਆ ਗੇਟ ਖੁੱਲਾ ਛੱਡ ਕੇ ਆ ਗਿਆ ਅੰਦਰ ਇੱਧਰ ਦੇਖਾਂ ਕਿਤੇ ਇੱਥੇ ਬੈਠਾ ਹੋਵੇ ਨਾ ਇੱਥੇ ਤਾਂ ਨਹੀਂ ਗਹੀਂ ਦੇਖਦਾ ਲੈ ਆ ਪਿਆ ਆਰਾਮ ਨਾਲ ਰਜਾਈ ਦੱਬੀ ਉਹ ਮੱਗਰਾ ਜੀਜਾ ਜੀ ਉਹ ਪ੍ਰਾਹੁਣਿਆ ਓਏ ਉੱਠ ਖੜ ਮੇਰੇ ਯਾਰ ਓਏ ਆ ਕੀ ਆ ਯਾਰ ਬੂਟ ਉੱਥੇ ਛੱਡਿਆ ਜੇ ਕੋਈ ਲੈ ਜਾਂਦਾ ਚੱਕ ਕੇ ਉਹ ਮੈਂ ਤਾਂ ਬਾਹਰ ਖੋਲਦਾ ਰੱਖ ਕੇ ਤਾਂ ਛੱਡਿਆ ਜੀ ਮੈਨੂੰ ਕਮਰੇ ਦਾ ਪਤਾ ਨਹੀਂ ਲੱਗਣਾ ਹੈਗਾ ਹਾਏ ਦੇਖ ਲੈ ਤੂੰ ਮੈਨੂੰ ਐਂ ਦੱਸ ਪਹਿਲਾਂ ਤੂੰ ਕਿਉਂ ਭੱਜ ਕੇ ਆਇਆ ਸੀ ਉੱਥੋਂ ਕਾਰ ਦੇ ਉੱਤਰ ਨੂੰ ਸਾਰ ਉੱਡ ਲਿਆ ਮੇਰੀ ਗੱਲ ਸੁਣ ਭੱਜਣ ਦੇ ਮਾਰ ਤੂੰ ਗੋਲੀ ਸਾਰੇ ਬੇਈਮਾਨ ਬੰਦੇ ਕਹਿ ਕੇ ਮੈਨੂੰ ਬਾਹਰਲਾ ਦੇਸ਼ ਠੋਕਿਆ ਦਿੱਲੀ 'ਚ ਤੈਨੂੰ ਗਿਆ ਬਾਹਰਲਾ ਦੇਸ਼ ਆ ਇਹ ਦਿੱਲੀ ਕਿੱਥੇ ਯਾਰ ਦਿੱਲੀ ਤੋਂ ਤਾਂ ਆਪਾਂ ਜਹਾਜ਼ ਚੜੇ ਤੇ ਤੇਰਾ ਪੋਪੜ ਹਿੰਦੀ 'ਚ ਗੱਲ ਕਰ ਰਿਹਾ ਸੀ ਮੈਂ ਪੁੱਛਿਆ ਜਾ ਕੇ ਵੀ ਮੰਗੇ ਦਾ ਕਮਰਾ ਕਿਹੜਾ ਹੋਟਲ ਇਹੀ ਆ ਕਹਿੰਦਾ ਹਾਂ ਇੰਨਾ ਫਲਾਣਾ ਨੰਬਰ ਆ ਉਹਨੂੰ ਕੀ ਪਤਾ ਮੰਗਾ ਕੌਣ ਨਾਲੇ ਹਿੰਦੀ 'ਚ ਬੋਲਿਆ ਗਲਾ ਮੇਰੇ ਨਾਲ ਯਾਰ ਓਏ ਖਾਸਮਾ ਮੈਂ ਬੁੱਕ ਕਰਾਇਆ ਹੋਇਆ ਜੀ ਉਹ ਤਾਂ ਉੱਥੋਂ ਉਹਨੇ ਤਾਂ ਦੱਸਤਾ ਹਿੰਦੀ 'ਚ ਬੋਲਿਆ ਜੀ ਹਿੰਦੀ 'ਚ ਬੋਲਿਆ ਮੇਰੇ ਨਾਲ ਬਈ ਅਗਲਾ ਮੰਗੇ ਇਹ ਬੇਈਮਾਨਾ ਛੱਡ ਦੇ ਮੈਨੂੰ ਤੇਰੇ ਨਾਲ ਕੋਈ ਅੰਗਰੇਜ਼ੀ 'ਚ ਨਹੀਂ ਮੇਰੇ ਨਾਲ ਨਹੀਂ ਗੱਲ ਕਰੀ ਮੈਂ ਤਾਂ ਮੈਂ ਪੁੱਛਿਆ ਬਈ ਮੰਗਾ ਕੌਣ ਆ ਮੇਰਾ ਸਾਲਾ ਮਹਾ ਕਰਕੇ ਰੂਮ ਦਾ ਕਮਰਾ ਹੋਣਾ ਰਿਹਾ ਉਹਦਾ ਹੋਟਲ 'ਚ ਕਹਿੰਦਾ ਹਾਂ ਆਹ ਨੰਬਰ ਉਹਦਾ ਓਏ ਉਹ ਬੰਦਾ ਦੇਖ ਕੇ ਬੋਲ ਪੈਂਦੇ ਨੇ ਉਹਨਾਂ ਨੇ ਰੱਖੇ ਹੋਏ ਨੇ ਸਾਰੇ ਤਰ੍ਹਾਂ ਦੇ ਆਏ ਤਾਂ ਆਪਾਂ ਬਾਹਰਲੇ ਦੇਸ਼ਾਂ ਜਹਾਜ਼ 'ਚ ਨਹੀਂ ਤੈਨੂੰ ਬਿਠਾਇਆ ਸੀ ਓਏ ਕੀ ਪਤਾ ਕਿਹੜਾ ਦਬਾ ਕੇ ਉੱਥੇ ਲਾਤਾ ਹੋਵੇ ਇਹਨਾਂ ਨੇ ਓਏ ਨਹੀਂ ਪ੍ਰਾਹੁਣਿਆ ਯਾਰ ਤੂੰ ਤਾਂ ਉਹੀ ਕਰੀ ਜਾਂਦਾ ਮੇਰੇ ਨਾਲ ਪੈ ਗਿਆ ਬਈ ਕੰਗਰੇਜੇ ਦਾ ਪੇਚਾ ਮੈਂ ਮੱਗਰ ਕਿੱਥੇ ਆ ਉਹਨੇ ਉਹ ਕਰੀ ਗਿਆ ਮੈਂ ਚੱਲ ਪਿਆ ਫਿਰ ਅੰਗਰੇਜ਼ੀ 'ਚ ਤੈਨੂੰ ਆਉਂਦੀ ਅੰਗਰੇਜ਼ੀ ਓਏ ਮੈਂ ਕਿਹਾ ਮੈਂ ਚੱਕ ਤੇ ਫੱਟੇ ਮੈਂ ਆਪਦਾ ਫਿਰ ਬਈ ਆ ਗਿਆ ਮੈਂ ਇਹ ਤਾਂ ਮੈਂ ਤੈਨੂੰ ਹੀ ਕਹਿਣਾ ਫਿਰ ਮੈਂ ਉਹਨੂੰ ਪੁੱਛ ਲਿਆ ਸੀ ਜਿਹੜਾ ਤੈਨੂੰ ਕਹਿੰਦਾ ਉਹ ਕਹਿੰਦਾ ਬਾਈ ਇੱਧਰ ਆ ਜਾ ਕਹਿੰਦਾ ਉਹ
तू ज्यादा अंग्रेजी बोली है। अंग्रेजी नहीं, वह मेरे को अंग्रेज ने पूछा थी, मेरे तो मैंने दो अखा गल् छिड़िया अंग्रेजी च, मैं मां बाटी च माई फलाना बाटी च फलाई ढेकना, वो कहना हाँ यसर जाए, तीन बार कहा उन्हें मैंने कमरा छा इतने छा मैं तो अंदर हाँ भाई मेरी गल सुनो गे मैं तो भाई पिंड जाऊंगा, उसे दारू तो मिलती नहीं यार, वो दारू नहीं उरे मिलती है, मैं तो पिंड जाना मैं नहीं सरता है है देख ला यार उधर देखांगे कुछ घूमा फिरांगे भाई ना मैं ता पिंड जाना नहीं, मैं ता मेरे पापे नूं फोन करदा भी पापे मैं ता लेके जा, मैं ता किडनैप कर लिया मंगे क्या नहीं है उरे फिर डोके लेना है यार वो ता कहना फिर नाल जाऊं नहीं मैं जाऊं भाई यार मैं आपकी बहू नाल आ जांदा भी दस ऐ कर मैनू लाया बहू नूं चाड़ लेया तेनू है तेरे योग ओ लाख रुपया लाया तेरे ते मैं हाँ देख लाख नूं की करया मैं ओ मैनू इक सीट दी जेह जी बस जांदे जहाज दी सीट दी ओही ओ सीट भी लख च मिलती है कमरा पै गए टोर मैं रोटी खानी है साग नाल चल फिर अज रह यार भाई ना अजय जावेगा चल ऐ कल पैनी है मरे पै जाना यार मैं टिकटा करा ला फिर जाऊगा तू कर फट के बस साढ़े टिकटा दो नहीं है चल उत्थी करा लांगे हाँ हूं चलिए जाना मेरा हाँ जाना भाई सरदा नहीं जमी सरदा है अच्छा हाँ वो यार रह ला रखेगा देख ला रह जाना कल नू चलना चल एक दिन तो रह जाना चल सौ जाना अज मैं थके पै थोड़ा जा चल देख ला फिर कल नू चला तड़के पहले पैरे लंघ लांगे हाँ पहले पहले जी हूं मैं सौना मेरा पै जा हूं मैं माड़ा यार जाया मैं उधर मम्मी जी देखिए मंगे तो कुछ पता ही नहीं हैगा हुन तो दो दिन हो गए हुन तो फोन ही बंद आउन लग गया ਉਹਨੇ ਮੈਨੂੰ ਕੀ ਪਤਾ ਵੀਰੋ ਕਿੱਥੇ ਗਏ ਨੇ ਕਿੱਥੇ ਉੱਜੜਿਆ ਕਿੱਥੇ ਨਾ ਮੈਨੂੰ ਤਾਂ ਕਹਿ ਕੇ ਇਦਾਂ ਲੁਧਿਆਣੇ ਵੀ ਗਿਆ ਸੀਗਾ ਮੇਰੀ ਉਹਨੂੰ ਜਮਾਂ ਹੀ ਪਰਵਾਹ ਨਹੀਂ ਹੈਗੀ ਜਦ ਸੇ ਕੋਈ ਗੱਲ ਥੋੜੀ ਹੈਗੀ ਨਾ ਮਾਪਾਂ ਦੀ ਨਾ ਉਹਦੇ ਟੱਬਰ ਦੀ ਆ ਹੁਣ ਤਾਂ ਮੈਂ ਖਾਲੀ ਪੇ ਲੈ ਕੇ ਨੇ ਲੁਧਿਆਣੇ ਦਾ ਕਹਿ ਕੇ ਰੱਪ ਕੇ ਤਾਂ ਬਾਰਡਰ ਪਿਆਰ ਦਾ ਹੈ ਹੁਣ ਉਹਨਾਂ ਨੂੰ ਫਿਰਦੀ ਆ ਲੁਧਿਆਣੇ ਬੇ ਕੰਜਰਾ ਬੱਸ ਕਰ ਉਧਰ ਦੱਸ ਉਹ ਕੀ ਕਰਨ ਜਾਣਗੇ ਅੱਗੇ ਰੋਜੇ ਜਾਂਦਾ ਗਾ ਬਿਹਾਰ ਮੈਨੂੰ ਕੀ ਪਤਾ ਕੀ ਕਰਨ ਗਏ ਨੇ ਤੁਹਾਨੂੰ ਕਿਹੜਾ ਘੱਟਦੀ ਤੂੰ ਤਾਂ ਆਪ ਦਾਰੂ ਪੀ ਕੇ ਭੰਗੜੇ ਪਾਉਂਦੀ ਦੀ ਯਾਦ ਹੈ ਹਾਏ ਬੇ ਤੂੰ ਮਰ ਜੇ ਵੇ ਪਲੇਗ ਦੇ ਜਾਣਾ ਮੈਂ ਕਾ ਦਾਰੂ ਪੀਤੀ ਆ ਤੁਸੀਂ ਦਾਰੂ ਪੀਂਦੇ ਹੋ ਦਾਰੂ ਮੈਂ ਮੇਰਾ ਮੇਰਾ ਦਿਮਾਗ ਘੁੰਮ ਗਿਆ ਫਿਰ ਨਹੀਂ ਉਹ ਕੁੱਤਾ ਭੌਂਕਦਾ ਮੈਂ ਦਾਰੂ ਪੀਨੀ ਆ ਕਿਤੇ ਲੈ ਦੇਖ ਲੈ ਕਿਵੇਂ ਬੋਲਦਾ ਗਾ ਚਾਬਰ ਚਾਬਰ ਮੈਂ ਕਿੱਦਾਂ ਦਾ ਮੇਰੇ ਮੂਰੇ ਬੋਤਲ ਚੱਕੀ ਦੀ ਗਈ ਤੂੰ ਜਾਣਦਾ ਕਰ ਬਹੁਤ ਜਬਰੀਕੀਆਂ ਕਰਦੀ ਆ ਤੂੰ ਬੇ ਜਾਣਦੇ ਵੇ ਮੈਂ ਜਾਣ ਤੈਨੂੰ ਕੀ ਕਹਿੰਦਾ ਮੈਂ ਚੰਗੀ ਭਲੀ ਧਾਰ ਕੱਢ ਕੇ ਲਈ ਜਾਂਦੀ ਅਸੀਂ ਸੱਸ ਨੂੰ ਹਾਂ ਗੱਲਾਂ ਕਰਦੇ ਤੇਰਾ ਵਿੱਚ ਨਾ ਕਾਏ ਕੁੱਤੇ ਵਾਂਗੂ ਪੈਰ ਡਾਉਣਾ ਜ਼ਰੂਰੀ ਹੈਗਾ ਉਹ ਮੈਂ ਤੇਰੀ ਗੱਲ ਤੇ ਮੁੜ ਕੇ ਆਇਆ ਮੈਨੂੰ ਕੀ ਡੋਕੇ ਲੈਣੇ ਨੇ ਤੁਹਾਡੇ ਤੋਂ ਆਹੋ ਤੇ ਰਸਤਾ ਕੱਟਣਾ ਹੀ ਕਦੇ ਕਿਸੇ ਦੀ ਪੂੰਛ ਪੜ ਦੂਗੀ ਕਦੇ ਕਿਸੇ ਦੀ ਪੂੰਛ ਪੜ ਦੂਗੀ ਹਾਏ ਬੇ ਰੱਬਾ ਮੈਂ ਕੀਦੀ ਪੂੰਛ ਬਸ ਕਰੋ ਚਿੱਟੀ ਜੀ ਗੱਲ ਪੈਣ ਤੱਕ ਹੁੰਦੀ ਹੈ ਕੀਦੀ ਮੈਂ ਟੰਗ ਫੜੀਆ ਤੂੰ ਤਾਂ ਉਹੀ ਕਦਾ ਕੁਛ ਖਾਰ ਖਿਆ ਬਈਓ ਤੜਕੀ ਤੜਕੇ ਆਹੋ ਮੈਂ ਖਾ ਲਿਆ ਕੁਛ ਚੰਗਾ ਮੈਨੂੰ ਪਤਾ ਉੱਥੋਂ ਨਿਕਲਾਂਗਾ ਡੱਬਾ ਉੱਥੇ ਪਿਆ ਕਦੇ ਉਹ ਤੇਰੇ ਸੀ ਖਲਾਉਣੇ ਨਾਲ ਡੱਬੇ ਨੂੰ ਭੁੱਕੀ ਆ ਇਹਨੂੰ ਫੂਕੂਗੀ ਕਿਤੇ ਦੇਖੂ ਇਹ ਕੁਛ ਰਹਿ ਗਿਆ ਇਹਨੂੰ ਸਮਝਾ ਲੈ ਪਿਆਰ ਨਾਲ ਰੱਖ ਲਈ ਜਾ ਭੱਗ ਜਾ ਤੂੰ ਆਹੋ ਗੱਲ ਦਾ ਤਬੀਤ ਬਣਾ ਲਈ ਹਾਏ ਹਾਏ ਮੈਂ ਤਾਂ ਵੀਰੋ ਨੇ ਖਾ ਲਈ ਇਹਨੇ ਇਹ ਤਾਂ ਭੁੱਕੀ ਖਾ ਲੈਂਦਾ ਜਾਦੇ ਉਹੀ ਬੋਲੀ ਜਾਂਦਾ ਨਾ ਤੇ ਮੈਂ ਉਹ ਬਾਪੂ ਜੀ ਕਹਿੰਦੇ ਤੁਸੀਂ ਦਾਰੂ ਪੀਂਦੇ ਹੋ ਓਹੋ ਪੁੱਤ ਮੈਂ ਤੀਵੇਂ ਦਾਰੂ ਪੀਂਦੇ ਹੁੰਦੇ ਨੇ ਕਿਤੇ ਬੌੜੀ ਹੋ ਰਹੀ ਆ ਤੂੰ ਉਹ ਕਾ ਤੂੰ ਕਹੀ ਜਾਂਦੇ ਆ ਉਹ ਤਾਂ ਉਹੀ ਭੌਂਕਦਾਗਾ ਕੁੱਤੜਾ ਭੁੱਕੀ ਖਾ ਲੈਂਦਾ ਜਾਦੇ ਆਏ ਨਹੀਂ ਪਤਾ ਜਿਹੜਾ ਕੁਛ ਮੂੰਹ ਚ ਨਿਕਲਦਾ ਉਹੀ ਬਕ ਦਿੰਦਾਗਾ ਚਲੋ ਉਹ ਛੱਡੋ ਹੁਣ ਇਹ ਯੂਪੀ ਕੀ ਕਰਨ ਗਏ ਨੇ ਮੈਨੂੰ ਤਾਂ ਟੈਨਸ਼ਨ ਪੈ ਗਈ ਹੁਣ ਓਹੋ ਕਾਹਨੂੰ ਗਿਆ ਪੁੱਤ ਯੂਪੀ ਉਹ ਤਾਂ ਉਹੀ ਮਾਰਦਾਗਾ ਇੱਥੇ ਹੋਣਾ ਉਹ ਪਰਾਉਣਾ ਇਹੀ ਜੀ ਹੈਗਾ ਬੇ ਲੈ ਕੇ ਪਰਾਉਣਾ ਵੀ ਕੰਜਰ ਕੀ ਦੱਸਾਂ ਮੈਂ ਉਹੀ ਗੱਲ ਆਪਦਾ ਝੁੱਗਾ ਚੱਕੂੰਗੀ ਮੇਰੀ ਢਿੱਡ ਨੰਗਾ ਹੁੰਦਾਗਾ ਪਰਾਉਣਾ ਤਾਂ ਉਹ ਆਪਣੀ ਹੀ ਹੈਗਾ ਉਹ ਇਹੀ ਜੀ ਹੈਗਾ ਮਨ ਕਰ ਕਿਤੇ ਖਾਣ ਬਹਿ ਜਾਂਦਾ ਉਹ ਖਾਈ ਜਾਂਦਾ ਜਿੱਥੇ ਬਹਿ ਜਾਂਦਾ ਉੱਥੇ ਹੀ ਬਹਿ ਜਾਂਦਾ ਗੱਲਾਂ ਦਾ ਬਾਤਰੂ ਕੋਈ ਹੋਰ ਮਿਲ ਗਿਆ ਹੋਣਾ ਹੋਰ ਰਿਸ਼ਤੇਦਾਰੀ 'ਚ ਵਗ ਗਿਆ ਹੋਣਾ ਫਿਰ 2 ਦਿਨ ਦਾ ਖਾਈ ਜਾਂਦਾ ਉੱਥੇ ਖਾਈ ਜਾਣ ਦੇ ਚੰਗਾ ਲੈ ਫਿਰ ਮੈਂ ਤਾਂ ਪੁੱਤਾ ਸਿੰਬਰ ਦੇ ਕਹਦਾਗਾ ਸਿੰਬਰ ਕੇ ਆ ਜਾ ਹੋਰ ਰੋਟੀ ਲਾਉਣੀ ਹੈ ਮੈਂ ਚਾਰ ਰੋਟੀ ਪਕਾਉਣੀਆਂ ਖਾਣਾਂ ਆ ਦੇਖ ਲੈ ਭੁੱਕੀ ਪੱਕੀ ਦਾ ਨਾਉਣਾ ਲਿਆ ਕਰ ਅੱਜ ਤੋਂ ਬਾਅਦ ਕਿਉਂ ਖਾਂਦਾ ਨਹੀਂ ਦੱਸਾਂ ਗੱਲ ਨਾ ਤੂੰ ਖਾਂਦਾ ਨਹੀਂ ਖਾਣਾ ਪਸੇਰੀ ਦੀ ਕਹੀ ਚੱਲਦੀ ਹੈ ਕਾਰਜਾ ਕੱਢ ਕੇ ਲੈ ਜਾਂਦੀ ਹੈ
ਕਦੇ ਪ੍ਰੋਪਰ ਮੁਕਾਬਲਾ ਕਰਿਆ ਤੇ ਬਈ ਮੇਰੀ ਗੱਲ ਸੁਣ ਜਾਂ ਤਾਂ ਵਗ ਜਾ ਧਰਨੇ ਤੇ ਉੱਜੜ ਜਾ ਤੂੰ ਹੈ ਜਾ ਕਿਤੇ ਹੋਰ ਵਗ ਜਾ ਨਿਕਲ ਜਾ ਔਰੋ ਵਗ ਜਾ ਹਾਂ ਅਸ ਤਾਂ ਕੰਮ ਆਪੇ ਕਰ ਲਿਆ ਕਰਾਂਗੇ ਵਗ ਜਾ ਉੱਜੜ ਜਾ ਤੂੰ ਕਿਸੇ ਪਾਸੇ ਆ ਦੁਬਾਰੇ ਨਾ ਕਹਿੰਦੇ ਮੂੰਹ ਤੋਂ ਸ਼ਬਦ ਆਏ ਭੁੱਕੀ ਪੱਕੀ ਦੇ ਨਾ ਤੂੰ ਮੈਨੂੰ ਕਹਿੰਦਾ ਸਮਝ ਕੇ ਕਿਆ ਕਰਨ ਵਾਲੇ ਆਪਦਾ ਤੇਰੇ ਤਾਂ ਮਿਰਚਾਂ ਲੱਗੀਆਂ ਆਪਦੇ ਵਾਰੀ ਤਾਂ ਹਾਂ ਤੂੰ ਕੀ ਕਹਿਣਾ ਸੀਗਾ ਕਹਿੰਦਾ ਇਹ ਤਾਂ ਦਾਰੂ ਪੀਂਦੀ ਹੈ ਨਾ ਬਹੂ ਕਹੂਗੀ ਫਿਰ ਸਾਡੀ ਬੁੜੀ ਦਾਰੂ ਪੀਂਦੀ ਹੈ ਹਾਂ ਹੈ ਉਹਨੂੰ ਕੀ ਪਤਾ ਨਹੀਂ ਲੱਗਿਆ ਅੱਜ ਮਾਰ ਦਿਆ ਜੀਪਾ ਖੜਖੜ ਵਗ ਜਾ ਝੋਣਾ ਕਿਵੇਂ ਬੋਲ ਬਾਈ ਦਾ ਕੰਮ ਤਾਂ ਹੁਣ ਕਰਨੀ ਆ ਉੱਜੜ ਜਾ ਵਗ ਜਾ ਖੇਤ ਤੇ ਵਰਗੀਆਂ ਚੰਡੇਲਾ ਨਹੀਂ ਰਹਿਣ ਦਿੰਦੀਆਂ ਕਿਸੇ ਪਾਸੇ ਰੁੜ ਜਾਣੇ ਨੇ ਖਾਲੀ ਮੈਂ ਤਾਂ ਪਲੇਗ ਦੇ ਜਾਏ ਐਂ ਲੱਗ ਜਾਂਦੀਆਂ ਨਾ ਜੋਕਾ ਪਿੱਪਲ ਨਾ ਕਿਸੇ ਪਾਸੇ ਨੱਜਣ ਦੇਣ ਦਾ ਕੰਮ ਕਰ ਲਦੇ ਲੈ ਇਹਨਾਂ ਦਾ ਆਪਦਾ ਹੀ ਨਹੀਂ ਸੀ ਆਪਾਂ ਮੁੱਕਦਾ ਹੈਗਾ ਮੈਨੂੰ ਆਪਦੀ ਟੈਨਸ਼ਨ ਪਈ ਪਈ ਆ ਵੀ ਮੰਗਾ ਪਤਾ ਨਹੀਂ ਕਿੱਥੇ ਆ ਕਿੱਥੇ ਨਾ ਦੱਸ ਕੀ ਕਮਾਂ ਬਾਪੂ ਨੂੰ ਕਹਿੰਦੀ ਉਹ ਮਗਰ ਪੈਂਦਾ ਮਾਂ ਨੂੰ ਕਹਿੰਦੀ ਉਹ ਮਗਰ ਪੈਂਦੀ ਆ ਮੈਂ ਤਾਂ ਇਹਨਾਂ ਨੇ ਖਾ ਹੀ ਲੈਣੀ ਹੈ ਮੈਂ ਕਾਰਾਂ ਦਾ ਕਰਾਂ ਕਿ ਹਲੇ ਇੱਕ ਦਿਨ ਹੋਇਆ ਆਈ ਨੂੰ ਇਹਨਾਂ ਦਾ ਫੇਰ ਉਹੀ ਰੌਲਾ ਦਾ ਰੌਲਾ ਹੈਲੋ ਹਾਂ ਬੇ ਮੈਂ ਤਾਂ ਠੀਕ ਹਾਂ ਕਾਲੇ ਮੈਂ ਤੈਨੂੰ ਉਡੀਕ ਦੀਦੀ ਤੈਂ ਕੋਈ ਫੋਨ ਫਾਨ ਹੀ ਨਹੀਂ ਕੀਤਾ ਲੈ ਹੋਰ ਹੁਣ ਤਾਂ ਕੰਮ ਬਣ ਜਾਂਦਾ ਬਈ ਮੇਰੀ ਗੱਲ ਸੁਣ ਲੈ ਜੇ ਤੈਥੋਂ ਕੋਈ ਗੱਲ ਸਿਰੇ ਲੱਗਦੀ ਹੈ ਤਾਂ ਲਾ ਦੇ ਨਹੀਂ ਬਈ ਮੈਂ ਕੋਈ ਫਿਰ ਹੋਰ ਘਰ ਦੇਖੂੰ ਲੈ ਹੈ ਭੱਠੀ 'ਚ ਪੈਣਾ ਫਿਰ ਕਹਿੰਦੇ ਮੈਨੂੰ ਗਾਲਾਂ ਕੱਢਦੀ ਹੈ ਬਈ ਮੈਂ ਤਾਂ ਚੰਗੀ ਭਲੀ ਹਾਂ ਲੈ ਅੱਛਾ ਕੌਣ ਕਹਿੰਦਾ ਮੈਂ ਬਿਮਾਰ ਹਾਂ ਮੈਂ ਤਾਂ ਘੋੜੇ ਵਰਗੀਆਂ ਤੈਨੂੰ ਉਡੀਕਦੀ ਹਾਂ ਤੂੰ ਹੁਣ ਆਇਆ ਸਦਨ ਬਾਰ ਕਨੀ ਝਾਕੀ ਜਾਂਦੀ ਹਾਂ ਓਹੋ ਵੇ ਕਮਲਿਆ ਤੈਨੂੰ ਇਹੋ ਜਿਹਾ ਕਿਹਨੇ ਫੋਨ ਕਰਕੇ ਕਹਿਤਾ ਵੀ ਬਿਮਾਰ ਹੈ ਅੱਛਾ ਕੁੜੀ ਨੇ ਠੀਕ ਹੈ ਕੋਈ ਨਹੀਂ ਮੈਂ ਪੁੱਛਦੀ ਹਾਂ ਝੂਠ ਮਾਰਦੇ ਨੇ ਤੂੰ ਇਹ ਜਿਹੜਾ ਮੈਂ ਤੈਨੂੰ ਕੰਮ ਕਿਹਾ ਤੂੰ ਮੇਰਾ ਕਰਦੇ ਇਹ ਕੁੜੀ ਨਾਲ ਗੱਲ ਮੈਂ ਕਰਦੀ ਹਾਂ ਹੱਦ ਹੋ ਗਈ ਜਮੀ ਇਹਨਾਂ ਵਾਲੀ ਇਹਨੂੰ ਤਾਂ ਮੈਂ ਪੁੱਛਦੀ ਹਾਂ ਸਮਾਰ ਕੇ ਨੀ ਕੁੜੀਏ ਹਾਂ ਬੇਬੇ ਆਪਦਾ ਕੰਮ ਫੇਰ ਕਰੀ ਪਹਿਲਾਂ ਮੇਰੀ ਗੱਲ ਸੁਣ ਹਾਂ ਉਰੇ ਇੱਧਰ ਕੀ ਹੋ ਗਿਆ ਹੋ ਗਿਆ ਤਾਂ ਤੈਨੂੰ ਮੈਂ ਬਹਿ ਕੇ ਦੱਸੂ ਹਾਂ ਦੱਸ ਬੇਬੇ ਨਾ ਮੈਨੂੰ ਐਂ ਦੱਸ ਮੈਨੂੰ ਕੀ ਹੋਇਆ ਮੇਰੇ ਕਿਹੜਾ ਗੋਲੀ ਵੱਜੀ ਹੈ ਮੈਂ ਚੰਗੀ ਭਲੀ ਹਾਂ ਮੈਂ ਕਿੱਥੇ ਦਾਖਲ ਕਰ ਲਈ ਹੈ ਤੂੰ ਕੀ ਗੱਲਾਂ ਕਰਦੀ ਫਿਰਦੀ ਹੈ ਮੈਂ ਤੈਨੂੰ ਕੀ ਕਿਹਾ ਤਾਂ ਨਾਲੇ ਤੈਨੂੰ ਕੀ ਹੋਇਆਗਾ ਕਹਿਣ ਕਹਿੰਦੇ ਛੱਡਿਆ ਵੀ ਕੁਛ ਨਹੀਂ ਹੈ ਸਾਰਾ ਕੁਛ ਕਹੀ ਨਾਲੇ ਕਹਿੰਦੀ ਮੈਂ ਕੁਛ ਕਿਹਾ ਨਹੀਂ ਤੈਨੂੰ ਕੀ ਲੋੜ ਸੀ ਭਲਾ ਹੈ ਉਹ ਕਾਲੇ ਨੂੰ ਵਿਚੋਲੇ ਨੂੰ ਕਹਿਣ ਦੀ ਵੀ ਮੇਰੀ ਤਾਂ ਮਾਂ ਬਿਮਾਰ ਹੈ ਤੂੰ ਆਈ ਨਾ ਤੇ ਤੈਂ ਕਾਹਤੋਂ ਰੋਕਿਆ ਭਾਈ ਤੈਨੂੰ ਕਿਹਨੇ ਕਹਿ ਕੇ ਰੋਕਣ ਵਾਸਤੇ ਕਿਹੜਾ ਵਿਚੋਲਾ ਨਾਲੇ ਕਿਹੜਾ ਕਾਲਾ ਚੁੱਪ ਕਰਕੇ ਬਹਿ ਜਾ ਚਤਰਾਈਆਂ ਨਾ ਕਰ ਮੈਨੂੰ ਤੇਰੀ ਸਾਰੀ ਨਬਜ ਦਾ ਪਤਾ ਹੈ ਵੀ ਤੂੰ ਕਿਹੜੇ ਪਾਣੀਆਂ 'ਚ ਫਿਰਦੀ ਹੈ ਲੈ ਮੈਂ ਕਦੋਂ ਕਿਸੇ ਨੂੰ ਕੁਛ ਕਹਿਤਾ ਮੈਂ ਤਾਂ ਕੰਮ ਕਰਦੀ ਫਿਰਦੀ ਹੈਗੀ ਤੂੰ ਕੰਮ ਕਰਦੀ ਫਿਰਦੀ ਹੈ ਬਹੁਤ ਕੁਛ ਕਰਦੀ ਫਿਰਦੀ ਹੈ ਅੰਦਰੋਂ ਮੈਂ ਤੈਨੂੰ ਦੱਸਾਂ ਢਿੱਡੋਂ ਤੋਂ ਹੋਰ ਹੈ ਉੱਤੋਂ ਤੋਂ ਹੋਰ ਹੈ ਬਾਪੂ ਜੀ ਮੈਨੂੰ ਕਹਿੰਦੇ ਤੂੰ ਕਾਲੇ ਨੂੰ ਫੋਨ ਲਾ ਕੇ ਪਤਾ ਨਹੀਂ ਕੀ ਕਹਿਤਾ ਲੈ ਅੱਗੇ ਮੈਨੂੰ ਤਾਂ ਕੁਛ ਪਤਾ ਵੀ ਨਹੀਂ ਵੀ ਕੀ ਗੱਲ ਆ ਗਈ ਕੀ ਬੋਲੀਏ ਕਿਉਂ ਲੜੀ ਜਾਣੀ ਹੁੰਦੀ ਸਾਰਾ ਦਿਨ ਮਾੜਾ ਮੋਟਾ ਟਿੱਕਿਆ ਹੀ ਨਾਲ ਵੀ ਰਹਿ ਜਾ ਕਰ ਮਸਾਂ ਪਰਮਾਤਮਾ ਦੇ ਦਿਨ ਸਿੱਧੇ ਕਰੇ ਨੇ ਬਾਪੂ ਜੀ ਕੌਣ ਕਾਲਾ ਮੈਂ ਬੋਲੀ ਨਹੀਂ ਹੈਗੀ ਮੇਰੀ ਗੱਲ ਸੁਣ ਲੈ ਹੈ ਇੱਕ ਮੈਂ ਤਾਂ ਫੋਨ ਕਰਿਆ ਦੀ ਵਿਚੋਲੇ ਨੂੰ ਉਹ ਪਤਾ ਕੀ ਕਹਿੰਦਾ ਕਹਿੰਦਾ ਤੁਹਾਡੀ ਕੁੜੀ ਨੇ ਫੋਨ ਕਰਤਾ ਤੀ ਵੀ ਬਾਈ ਅੱਜ ਨਾ ਆਈ ਮੇਰੀ ਤਾਂ ਮਾਂ ਬਿਮਾਰ ਹੋ ਰਹੀ ਹੈ ਦਾਖਲ ਕਰ ਰੱਖੀ ਹੈ ਝੂਠ ਬੋਲਣ ਦੀ ਆਦਤ ਕਿਉਂ ਹੈ ਸੋਨੂੰ ਮੈਂ ਜਾਣਦਾ ਉਹ ਵਿਚੋਲਾ ਜਿਹੜਾ ਇਹੋ ਜਿਹੀ ਆ ਉਹ ਨਸ਼ਾ ਨੁਸ਼ਾ ਜ਼ਿਆਦਾ ਖਾ ਲੈਂਦਾ ਕਹਿੰਦਾ ਉਹਨੇ ਟਪਾਰ ਮਾਰਤਾ ਇਹਨੂੰ ਕਿਤੇ ਨਾਲੇ ਕੱਚੇ ਕੰਮ ਅਗਲੇ ਤੇ ਕੀ ਪਤਾ ਕਿਸੇ ਦੀ ਕੁੜੀ ਦਿਖਾਊਗਾ ਪਤਾ ਨਹੀਂ ਨਾ ਉਹੀ ਗੱਪ ਮਾਰਦਾ ਹੋਊਗਾ ਜੇ ਤਾਂ ਸਾਹ ਕਰਾਉਣਾ ਤੂੰ ਆਪ ਜਾਇਆ ਲਵੇ ਹੋਰ ਕੀ ਆ ਤੇ ਮੈਨੂੰ ਜਾਣਾ ਪਊਗਾ ਜਾਂ ਤੁਸੀਂ ਤਾਂ ਉਹੀ ਗੱਲ ਕਿ ਮੇਰੇ ਕਰੇ ਕਰਾਏ ਤੇ ਫੱਟੀ ਪੋਛਤੀ ਮੇਰੀ ਜਰਕ ਦੇ ਨੇ ਕਹਿੰਦਾ ਆਈ ਨਾ ਥੋੜਾ ਤਾਂ ਮਤਵਲ ਨਹੀਂ ਬਣਦਾ ਫਿਰ ਮੇਰੀਆਂ ਗੱਲਾਂ 'ਚ ਮੈਂ 5 ਕਰਾਂ 3 ਕਰਾਂ ਤੁਸੀਂ ਨੇ ਕੀ ਲੈਣਾ ਉਹ ਪਤਾ ਕੀ ਹੈ ਕੋਈ ਸਾਕ ਨਹੀਂ ਹੋਏਗਾ ਉਹਦਾ ਉਹੀ ਨੰਬਰ ਬਣਾਉਣ ਦਾ ਮਾਰਾ ਕਹਿੰਦਾ ਇਹਨੂੰ ਵੀ ਹਾਂ ਮੈਂ ਸਾਕ ਕਰਾ ਦੂੰਗਾ ਹੋਰ ਹੁਣ ਤੂੰ ਤਾਂ ਚੁੱਪ ਕਰਕੇ ਬਹਿ ਜਾ ਤੂੰ ਤਾਂ ਜਮੀ ਨਾ ਬੋਲ ਮੈਨੂੰ ਪਤਾ ਹੈ ਸਾਰਾ ਕਰਿਆ ਕਰਾਇਆ ਤੇਰਾ ਹੀ ਹੈ ਪਿਓ ਦੀ ਦੀ ਇੱਕੋ ਗੱਲ ਹੈ ਸਾਰਾ ਮੈਨੂੰ ਤੁਹਾਡਾ ਭੇਤ ਹੈ ਵੀ ਤੁਸੀਂ ਗੱਲ 'ਚ ਗੱਲ ਕਰਦੇ ਹੋ ਸੀਬੋ ਮੈਂ ਤੈਨੂੰ ਦੱਸਾਂ ਗੱਲ ਮੈਨੂੰ ਵੱਧ ਘੱਟ ਨਾ ਬੋਲ ਫਿਰ ਕਹੇ ਕਿਆ ਨਹੀਂ ਹੈਗਾ ਤੈਨੂੰ ਕਿਸੇ ਨੇ ਕੁਛ ਨਹੀਂ ਕਿਹਾ ਹੈਗਾ ਤੂੰ ਹੁਣ ਬਹਾਨੇ ਭਾਲ ਦੀਆਂ ਲੜਨ ਦੇ ਵੀ ਆਏ ਲੜਨ ਮੇਰੇ ਨਾਲ ਲੜਨ ਫਿਰ ਕਹੇ ਕਿਆ ਨਹੀਂ ਹੈਗਾ ਚੁੱਪ ਕਰਕੇ ਬੈਠੀ ਰਹਿ ਖਬਰਦਾਰ ਦੇਖ ਲੈ ਹਲੇ ਕਹਿੰਦੇ ਤੈਨੂੰ ਕਿਹਨੇ ਵੱਧ ਘੱਟ ਕਿਹਾ ਮਗਰ ਕੀ ਰਹਿ ਗਿਆ ਕਹਿਣ ਤੋਂ ਚੰਗੀ ਭਲੀ ਮੈਂ ਬਿਮਾਰ ਕਰਤੀ ਹੈ ਉਹੀ ਗੱਲ ਭਾਨੀਆਂ ਮਾਰਦੇ ਫਿਰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੈਂ ਤਾਂ ਜਿਹੜਾ ਕੰਮ ਕਰਨਾ ਮੈਂ ਕਰਕੇ ਹਟੂੰਗੀ ਤੁਸੀਂ ਜਿੰਨਾ ਮਰਜ਼ੀ ਪਿਓ ਤੁਸੀਂ ਜ਼ੋਰ ਲਾ ਲਓ ਨਹੀਂ ਕਰ ਲਾ ਜਿਹੜਾ ਤਾਂ ਕਰਨਾ ਕੁਛ ਕੀ ਕਰੇਂਗੀ ਦੱਸ ਕੀ ਕਰੇਂਗੀ ਤੂੰ ਹੈ ਮਗਰ ਨੂੰ ਤਾਂ ਸਗਨ ਜਦੋਂ ਪਾਵੇਂਗੀ ਦੇਖੀ ਜਾਊਗੀ ਸਾਨੂੰ ਐਂ ਵੀ ਤੇਰਾ ਨਾਲ ਸਗਨ ਪਾਉਣਾ ਪੈ ਜੇ ਕਿਤੇ ਗੱਲ ਆ ਕੋਈ ਕੁੜੀਆਂ ਫੜੀ ਮੜਾ ਜਾ ਮੈਨੂੰ ਜਮੀ ਸਿਰੇ ਜਾਈ ਜਾਂਦੀ ਹੈ ਮੈਨੂੰ ਦੱਸ ਹੈ
तू की करेगा जेड़ा काम मैं करना है मैं तां करके हटूंगी तू जिन्ना मर्जी जोर ला लाए जिन्नियां मर्जी भानियां मार मैं तां जेड़ा के ब्याह के लूंगी ब्याह के लियाऊंगी नी लिया ब्याह के मेरे को तां 20 बिठा दे लिया के ओरे एक ना छड़ तू 20 लिया 20 लियाऊं 20 लियाऊं तेरी हिक दे नून मल के छड़ू देखो तुसी ने एका कर रखे ना ए एका मैं भी तोड़ के छड़ू कटया तां एक नाल नहीं जांदा 20 नाल तू कित्थों कट ली गल्लां मार दियां बड़ियां बड़ियां देख ले मैनू मारी कहंदा वे कटण जोगी ओ हुंदी मैं कट ना लैंदी आहो हां नी मां जेड़ी तेरी लूतरो लगी है ना एडी ਬੱਡੀ ਇੱਕ ਨਾਲ ਵੀ ਨਹੀਂ ਕੱਟਦੀ ਤੂੰ ਤਾਂ ਤੇਰੇ ਫੇਰ ਉਲਤਰੋ ਲੱਗੀ ਐ ਤੂੰ ਦੇਖੂਗੀ ਕਹਾਂ ਕਿੰਨਾ ਕੱਟੇਂਗੀ ਕਿਸੇ ਨਾਲ ਆ ਤੇਰੇ ਬਾਪ ਦੀ ਜਮੜਾਈ ਹੋਈਆਂ ਕੰਜਰ ਦੀ ਹਾਂ ਇਹਨੇ ਜਮੜਾਈਆਂ ਨਾ ਕੱਟਣਾ ਮਾਰਦੀ ਆ ਪਕਾਈ ਜਿਵੇਂ ਤੂੰ ਹਰਾ ਕੱਟਣਾ ਕਬੀਲਦਾਰੀ ਛੱਡਣੀ ਪੈਂਦੀ ਆ ਹਾਂ ਚੌਧਰ ਛੱਡਣੀ ਪੈਂਦੀ ਆ ਫੇਰ ਕੱਟਿਆ ਜਾਂਦਾ ਨਾਲੇ ਬਾਪੂ ਜੀ ਐ ਕਿਵੇਂ ਛੱਡ ਦੂ ਉਹ ਵੀ ਕਿਸੇ ਦਿੱਤੀ ਹੀ ਆਗੀ ਛੱਡ ਕੇ ਦਿਖਾਵੇ ਫੇਰ ਹਾਂ ਚੁੱਲ੍ਹੇ 'ਚ ਪਾਵੇ ਇਹੀ ਤੇਰੀ ਕਬੀਲਦਾਰੀ ਜਿਹੜੀ ਮੇਰੇ ਰੋਸ਼ ਛਿੱਤਰ ਲਵਾਉਂਦੀ ਐ ਤੂੰ ਹੀ ਸਾਹਮਣੇ ਰੱਖ ਕਬੀਲਦਾਰੀ ਤੇਰੇ ਕੋਲ ਚੰਗੀ ਐ ਕਬੀਲਦਾਰੀ ਤਾਂ ਮੈਂ ਤਾਂ ਲੋੜ ਨਹੀਂ ਤੇਰੀ ਕਬੀਲਦਾਰੀ ਦੀ ਮੈਂ ਤਾਂ ਮੁੰਡਾ ਵਿਆਹ ਕੇ ਛੱਡੂ ਕਿ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ ਨਹੀਂ ਮੇਰੇ ਕੋਲ ਤਾਂ ਮੁੰਡੇ ਛੱਡ ਤੂੰ ਵਿਆਹ ਕਰਾ ਲੈ ਛੱਡ ਮੇਰੇ ਗੱਲਾਂ ਕੋਈ ਅੱਛਾ ਆ ਜਾ ਮੈਂ ਕਰਾ ਲੈਣੀ ਆ ਸ਼ਰਮ ਲੈਗੀ ਤੇਰੀ ਜਮਾ ਸ਼ਰਮ ਆ ਹੁਣ ਮੈਂ 4 ਕੁ ਸਾਲ ਨੂੰ ਕਹੀਂ ਵੀ ਵਿਆਹ ਕਰਾ ਲੈ ਹਲ ਤਾਂ ਮੇਰੀ ਉਮਰ ਹੈ ਨਾ ਹਾਂ ਹੱਦ ਹੋ ਰਹੀ ਤੇਰੇ ਵਾਲੀ ਲੈਂਦੀ ਆ ਤੀਨ ਮੁੰਡੇ ਦਾ ਵਿਆਹ ਕਰਾਉ ਮੁੰਡੇ ਦਾ ਕੱਟਦਾ ਤੂੰ ਮੇਰੇ ਨਾਲ ਨਹੀਂ ਉਹਦੇ ਨਾਲ ਕਿੱਥੋਂ ਕੱਟ ਲੇਗਾ ਤੂੰ ਹਾਂ ਤੂੰ ਵੀ ਸਿਰੇ ਜਾਈ ਜਾਂਦੀ ਆ ਮੇਰੇ ਮੈਂ ਕਹਿੰਦਾ ਕਾਹਨੂੰ ਕੁਛ ਕਹਿੰਦਾ ਕਾਹਨੂੰ ਬੇ ਸ਼ਰਮ ਬੰਦਾ ਕੰਜਰ ਦੀ ਕੁੜੀ ਖੜੀ ਆ ਲਵੇ ਉਰੇ ਜੇ ਵੀ ਸਿਰੇ ਜਾਈ ਜਾਂਦੀ ਆ ਮੇਰੇ ਕੁੜੀ ਨਾ ਭਾਈ ਤੂੰ ਕਹੇ ਮੋੜਾ ਮਟਾ ਹੋਰ ਹੁਣ ਬਾਪੂ ਤੂੰ ਕਹਿ ਦੋ ਦਿੱਤਾ ਵੀ ਹੋਰ ਤੂੰ ਕਰਾ ਹੋਰ ਫਿਰ ਮੈਂ ਕੀ ਕਰਾਂ ਮੈਂ ਕੀ ਖੂਚ ਮਾਰਾਂ ਛਾਲ ਮੈਂ ਅੱਕੋ ਕੇ ਅੱਕ ਕੇ ਕਹਿਣਾ ਪੈਂਦਾ ਮੈਨੂੰ ਸਾਰਾ ਕੁਛ ਜ਼ਮੀਨ ਹੀ ਖੜਦੀ ਹੈਗੀ ਮੁੰਡੇ ਦਾ ਸਾਹ ਕਰਾਉਂਗੀ ਮੈਂ ਕੱਟ ਲੇਗੀ ਪਹਿਲਾਂ ਤਾਂ ਤੂੰ ਕੱਟਿਆ ਨਹੀਂ ਗਿਆ ਹੁਣ ਕੱਟੇਗੀ ਇਹਦੇ ਨਾਲ ਲੈ ਦੱਸ ਰੋਜ਼ ਇਹ ਬੋਲੀ ਜਾਂਦੀ ਹੈ ਰੂਪਾ ਐ ਨਹੀਂ ਕਰਦਾ ਰੂਪਾ ਐ ਨਹੀਂ ਕਰਦਾ ਰੂਪਾ ਕਿਹੜੇ ਖੂਚ ਡਿਗੇ ਹੈ ਉਹ ਮੁੰਡਾ ਜਾਂ ਵਿਆਹ ਦੀ ਕ੍ਰਿਸ਼ਨਾ ਉਹ ਨਹੀਂ ਖੜਦਾ ਦੂਜੀ ਪਰ ਚਿੱਟੀ ਇਹ ਜੰਬੜ ਜਾਂਦੀ ਹੈ ਉਹ ਤੀਜੀ ਇੱਕ ਹੋਰ ਆ ਗਈ ਉਹ ਮਟਰ ਉਹ ਉਦੋਂ ਨਹੀਂ ਖੜਦੀ ਉਹ ਬਹੂ ਜੀ ਅਸੀਂ ਜੀ ਵੇਲਣ ਵੜਦੀ ਆ ਲੈ ਹੁਣ ਬਹੁਤੀ ਲੰਘ ਗਈ ਥੋੜ੍ਹੀ ਰਹਿ ਗਈ ਪਰਾਂ ਲਾ ਲਾ ਹੁਣ ਦੋ ਪੈਗ ਗੱਡਮੇ ਜਾਪਦੀ ਅਸੀਂ ਤਾਂ ਅਸੀਂ ਮਰਾਵੇ ਰਾਜ ਕੌਰ ਕਿਹੜੀਆਂ ਟਿੰਡੀਆਂ ਲੈਣੀਆਂ ਨੇ ਆਪਾਂ ਨੇ ਕੀ ਲੈਣਾ ਕਿਤੇ ਮਰਨ ਕਿਤੇ ਕੁਛ ਕਰਨ ਮੁੰਡਾ ਵਿਆਹਣਾ ਦੀ ਵਿਆਹ ਦਾ ਜ਼ਿੰਮੇਵਾਰੀ ਆਪਣੀ ਖਤਮ ਹੋ ਗਈ ਕੁਛ ਮਰਜ਼ੀ ਕਰਨ ਸਿੱਟ ਦੇ ਗਲ ਜਾ ਫੂਕਦੀ ਜਾਂਦੀ ਹੈ ਜੱਕ ਦੇ ਫੱਟਿਆ ਕੁਛ ਨਹੀਂ ਹੁੰਦਾ ਹੁਣ ਕੀ ਆ ਹੁਣ ਕੀ ਤੇਰੇ ਬਣ ਬਦਲਣਗੇ ਹੁਣ ਤਾਂ ਮੁੰਡਾ ਵਿਆਹ ਲਿਆ ਮੌਜ ਕਰੇ ਨਾ ਕਰੇ ਆਪਾਂ ਨੇ ਕੀ ਲੈਣਾ ਪਰ ਝਿੱਟੀ ਗੱਲ ਪੈਂਦੀ ਰਹੇ ਅਸੀਂ ਜੀ ਉਹ ਹੋ ਗਈ ਸਾਰੀ ਕੋਲ ਮੈਂ ਇਹੋ ਜਿਹਾ ਤਾਂ ਮਰਨ ਪਰਾਂ ਦਫਾ ਹੁਣ ਆਪਾਂ ਤਾਂ ਆਪਦੀ ਮਸਤੀ 'ਚ ਰਹੇ ਹੁਣ ਆਪਾਂ ਨੇ ਕੀ ਲੈਣਾ ਉਹ ਜੋ ਆਖੋ ਉਰੇ ਉਹ ਪੁੱਤ ਮੜ ਜਾ ਜਮੀ ਸਮਝਦੇ ਹੈਗੇ ਤੁਸੀਂ ਇਸ ਗੱਲ ਆ ਕੋਈ ਨਾ ਹੁਣ ਕੀ ਹੋ ਗਿਆ ਬਾਪੂ ਜੀ ਮੈਨੂੰ ਐਂ ਦੱਸੋ ਭਈ ਸੁੱਤੋਂ ਅੰਦਰ ਕਾਤੋਂ ਨਹੀਂ ਬੈਠਾ ਜਾਂਦਾ ਕਿ ਉਹਦੇ ਪੈਰ 'ਚ ਭੋਰੀ ਆ ਕੋਈ ਨਾ ਬਾਪੂ ਤੁਸੀਂ ਜਮੀ ਹੱਦ ਕਰਦੇ ਹੋ ਮੇਰੇ ਤਾਂ ਤੁਸੀਂ ਜੀਣਾ ਹੀ ਉੱਪਰ ਕਰ ਰੱਖਿਆ ਨਾ ਹੁਣ ਬੰਦਾ ਨਹਾਵੇ ਧੋਵੇ ਵੀ ਨਾ ਉਹ ਮੱਲ ਨਾ ਤੂੰ ਤਾਂ ਲੈ ਮੈਂ ਤੈਨੂੰ ਕਦ ਹਟਾਉਣਾ ਮੜਿਆ ਟਾਈਮ ਵਿਚਾਰ ਕੇ ਨਾ ਲਾ ਹੈ ਅੰਦਰ ਨਹੀਂ ਬੈਠੇ ਜਾਂਦਾ ਕੱਲ੍ਹ ਤਾਂ ਕੋੜ ਨੇ ਤੇਰੇ ਨਾਲ ਕੀ ਬਣ ਕੇ ਹਟੀ ਆ ਹੈ ਮਰ ਕੇ ਬਚੀ ਆ ਤੂੰ ਅੱਜ ਫੇਰ ਤੂੰ ਫੇਰ ਸੌਤੀ ਪਾਲਾ ਲੱਗ ਰਹੀ ਵਿਹੜੇ 'ਚ ਪਾਉਣ ਦੱਸ ਮੈਂ ਤਾਂ ਕਹਿੰਦੀ ਆ ਨਾ ਮਾਰੀ ਜਾਂਦੀ ਚੰਗਾ ਹੁੰਦਾ ਸੁੱਖ ਦਾ ਸਾਹ ਆ ਜਾਂਦਾ ਸਾਰਿਆਂ ਨੂੰ ਹਾਂ ਤੂੰ ਅੰਦਰ ਬਹਿ ਜਾ ਪੁੱਤ ਮੈਂ ਹੱਥ ਬੰਨਦਾ ਤੇਰੇ ਮੂਹਰੇ ਹੈ ਜੇ ਕੋਈ ਹੋਰ ਪੰਗਾ ਛਿੜ ਗਿਆ ਮੈਨੂੰ ਔਖਾ ਹੋ ਜਾਊਗਾ ਮੇਰੀ ਤਾਂ ਜਾਨ ਕੜਕੀ 'ਚ ਫਸੀ ਪਈ ਆ ਇਦਾਂ ਟਕੇ ਢੋਲੇ ਮੈਂ ਤੈਨੂੰ ਕੀ ਦੱਸਾਂ ਬਾਪੂ ਜੀ ਹੋ ਜਾਏ ਜੋ ਹੋਣਾ ਮੈਥੋਂ ਨਹੀਂ ਅੰਦਰ ਬੈਠਿਆ ਜਾਂਦਾ ਉਹ ਭਾਈ ਤੁਸੀਂ ਤਾਂ ਅੜੀਆਂ ਨੇ ਮਾਰ ਲਏ ਹਿੰਡ ਨੂੰ ਪਿੱਛਾ ਨਹੀਂ ਦਿੰਦੇ ਨਾ ਨਾ ਹਾਂ ਕੱਲਾ ਕੋਈ ਬਾਪੂ ਜੀ ਇਹ ਤਾਂ ਭਾਈ ਫਸੂਗੀ ਨਾਲੇ ਆਪ ਮਰੂ ਨਾਲੇ ਆਪਾਂ ਨੂੰ ਮਰਾਊਗੀ ਉਹੀ ਦਾ ਗੱਲ ਆ ਪੁੱਤ ਉਹੀ ਇਹਨੂੰ ਕਹਿਣ ਲੱਗ ਰਿਹਾ ਮੈਂ ਕਰਦਾ ਵੀ ਭਾਈ ਤੂੰ ਚੁੱਪ ਕਰਕੇ ਅੰਦਰ ਬੈਠੀ ਰਹਾ ਉੱਥੇ ਤੈਨੂੰ ਸਾਰਾ ਕੁਛ ਅੰਦਰ ਬੈਠੀ ਨੂੰ ਮਿਲੂਗਾ ਹੋਰ ਬਾਪੂ ਜੀ ਸਮਝਦੇ ਹੋ ਨਹੀਂ ਭਾਬੀ ਤਾਂ ਜਮੀ ਨਹੀਂ ਸਮਝਦੀ ਇਹ ਗੱਲ ਵੀ ਮੈਨੂੰ ਕੀ ਕਹਿੰਦੇ ਨੇ ਕੀ ਨਾ ਕਹਿੰਦੇ ਨੇ ਆਪਣੀ ਜਾਨ ਨੂੰ ਬਣੀ ਪਈ ਐ ਸੋਤੀ ਉਹ ਲੱਗ ਰਹੀ ਐ ਕਰਨ ਹੋਰ ਬਾਪੂ ਜੀ ਮੈਂ ਵੀ ਕੀ ਕਰਾਂ ਮੈਂ ਵੀ ਅੰਦਰ ਬੈਠ ਬੈਠ ਥੱਕ ਗਈ ਮੈਨੂੰ ਤਾਂ ਐਂ ਲੱਗਦਾ ਜੇ ਮੈਂ ਜੇਲ੍ਹ 'ਚ ਬੈਠੀ ਹੋਵਾਂ ਅੰਦਰ ਭਾਬੀ ਜੀ ਊਂ ਤਾਂ ਤੁਸੀਂ ਆਪ ਹੀ ਸਿਆਣੇ ਹੋ ਤੁਹਾਨੂੰ ਮੱਤ ਦਿੰਦੀ ਮੈਂ ਸੋਹਣੀ ਵੀ ਨਹੀਂ ਲੱਗਦੀ ਕਿਤੇ ਤੁਸੀਂ ਬਾਹਰ ਫਿਰਨ ਦੇ ਚੱਕਰ 'ਚ ਜਮੀ ਨਾ ਕਰੋ ਬਾਹਰ ਨਿਕਲ ਜਾਓ ਨਾਲੇ ਸਾਨੂੰ ਕਢਾਉਂਗੇ ਓਏ ਪੁੱਤ ਉਹੀ ਗੱਲ ਤਾਂ ਮੈਂ ਲੱਗ ਰਿਹਾ ਬਿੰਦੇ ਬਿੰਦੇ ਕਹਿਣੇ ਨੂੰ ਆਪਣੇ ਪੱਲੇ ਮੱਲ ਕੁਛ ਨਹੀਂ ਹੈਗਾ ਆਹ ਤੇਰੀ ਮਾਂ ਮਸਾਂ ਟਿੱਕੀ ਆ ਹੁਣ 2-4 ਦਿਨਾਂ ਦੀ ਵੀ ਬੋਚ ਬਾਚ ਕੇ ਟਾਈਮ ਕੱਟ ਲਓ ਤੂੰ ਅੰਦਰ ਬਹਿ ਜਾ ਅਸੀਂ ਮਾੜਾ ਮੋਟਾ ਤੋਂ ਕਰਾ ਲਈਏ ਕੰਮ ਜਿਹੜਾ ਕਰਾਉਣ ਵਾਲਾ ਨਹੀਂ ਖਾਲੀ ਡੰਡੇ ਵਜਾਉਂਦੇ ਫਿਰੀ ਜਾਵਾਂਗੇ ਇੱਥੇ ਇਹ ਤੂੰ ਗੱਲ ਦੇਖ ਲਈ ਬਾਪੂ ਜੀ ਮੈਂ ਤਾਂ ਸਮਝ ਨਹੀਂ ਆ ਰਹੀ ਮੈਂ ਕਰਾਂ ਤਾਂ ਕਰਾਂ ਕੀ ਨਹੀਂ ਕੁੜੀਏ ਕਰਨਾ ਤਾਂ ਅਸੀਂ ਨੇ ਆ ਤੇ ਤਾਂ ਅੰਦਰ ਬੈਠਣਾ ਇਕੱਲਾ ਬਸ ਕਰਾਂਗੇ ਤਾਂ ਅਸੀਂ ਜਿਹੜਾ ਕੁਛ ਕਰਨਾ ਅਸੀਂ ਆਪੇ ਬੋਚ ਬਾਚ ਕੇ ਅੰਗੂਠਾ ਲਵਾ ਲਾਂਗੇ ਫਿਰ ਤੂੰ ਜਿੱਥੇ ਮਰਜ਼ੀ ਫਿਰੀ ਜਾਈ ਸਾਡੇ ਕਰਿਓ
हाँ नची जाई चाहे बेड़े चा बापू जी नाले करना की आपा भी आए घर कोठे ते चढ़ के फेर मार साल अगले दे करे हाँ बड़ा नांद कटूगी नाले आपा मारेंगे बापू जी ओ होर भाई जमी नहीं समझदी है की गल मैं की करा दस अज तो ना ट्राली भी नहीं खड़ी हैगी फिर बढ़िया मर जाएंगे तिने जाने लत्त बन टुट जूगी बेबे सामी जाऊगी पर हुण तो सामना भी नहीं ओ पुत्ता देखी हाथ बांधा अंदर बह जाके ਸਾਨੂੰ ਕਰ ਲੈਣ ਦੇ ਸਾਡਾ ਕੰਮ ਮਾੜਾ ਮੋਟਾ ਚੰਗਾ ਬਾਪੂ ਜੀ ਜਾਨੀ ਆ ਮੈਂ ਬਹਿ ਜਾ ਅੰਦਰ ਪਤਾ ਨਹੀਂ ਕਾਹ ਤੋਂ ਨਹੀਂ ਅੰਦਰ ਤੋਂ ਬੈਠਾ ਆ ਜਾਂਦਾ ਹੈਗਾ ਦੱਸ ਬਾਪੂ ਜੀ ਕੀ ਕਰੀਏ ਕੁੜੀਏ ਗੌਰ ਰੱਖੀ ਹੁਣ ਇਹਨੂੰ ਬਾਹਰ ਨਾ ਜਾਣ ਦੀ ਮੈਂ ਤੈਨੂੰ ਬਾਪੂ ਜੀ ਇਹ ਤਾਂ ਆਪ ਆਪਣੀ ਬੇਬੇ ਵਾਲੇ ਲੱਛਣਾਂ ਤੇ ਆ ਗਈ ਜਮੀਨ ਦੀ ਮੰਗ ਹੋਰ ਪਤਾ ਨਹੀਂ ਕਹੀ ਜੇ ਤੂੰ ਐ ਤਾਂ ਦੇਖ ਲਾ ਜੇ ਜਮੀਨ ਉਹਦੇ ਨਾਂ ਉਹਨੇ ਗਾਹਾਂ ਕਿਸੇ ਦੇ ਹੋਰ ਨਾਂ ਕਰਾਤੀ ਕੀ ਕਰੇਗੀ ਉਰੇ ਬੈਠੀ ਰਹੀ ਉਰੇ ਤੂੰ ਹੋਰ ਬਾਪੂ ਜੀ ਹੁਣ ਦੇਖ ਲਓ ਮੱਚ ਕੇ ਅੰਦਰ ਵਗ ਗਈ ਹੋਰ ਹੁਣ ਆ ਜਮੀ ਅਕਲ ਨਹੀਂ ਹੈਗੀ ਕੋੜ ਨੂੰ ਵੀ ਹੈਗੀ ਆ ਚੱਲ ਪੁੱਛ ਤੇਰੀ ਬੇਬੇ ਨੂੰ ਮਣੀ ਬੂਟੀ ਕਿੱਥੇ ਆਊਗਾ ਨਾ ਹਾਂ ਆ ਪੰਡ ਲੈ ਚੱਕ ਅੰਦਰ ਫਿਰ ਦੇ ਹੱਥ ਮੜ ਜਾਂਦੇ ਚ ਠੀਕ ਆ ਆਈ ਹੈ ਆਉਣਾ ਭਾਈ ਮੈਂ ਵੀ ਮੜ ਜਾ ਲੈ ਨੂੰ ਕਾਇਦਾ ਬਹੁ ਨੂੰ ਨਿਗਾ ਰੱਖੂਗੀ ਕਰਕਣ ਕੋੜੇ ਪੁੱਤ ਉਰੇ ਆ ਮੇਰੇ ਲਵੇ ਮੜਾ ਜਾ ਹਾਂਜੀ ਮੰਮੀ ਆਈ ਇੱਕ ਮਿੰਟ ਆ ਜਾ ਜਾ ਇੱਕ ਤੇ ਇਹ ਵੀ ਮੈਂ ਤਾਂ ਕੰਮਾਂ ਚ ਫਸਾਰ ਕੇ ਦੱਸ ਗੋਹੇ ਕੁੜੇ ਕਣੀ ਕਰਖੀ ਹੈਗੀ ਮੈਂ ਕਹਿੰਦੀ ਤੇ ਪੁੱਤਾਂ ਮਾੜਾ ਜਿਹਾ ਘਰ ਦੀ ਨਿਗਾ ਰੱਖੀ ਕੋਈ ਆਵਾਗ ਨਾ ਜਾਵੇ ਮੈਂ ਖੇਤ ਜਾਂਦੇ ਸਾਗ ਲਿਆਉਂਦੇ ਦੋ ਚੀਰਨੇ ਤੋੜ ਕੇ ਮੰਮੀ ਉੱਥੇ ਜੇ ਬਾਪੂ ਵਰਗਾ ਮਿਲ ਗਿਆ ਉੱਥੇ ਤੁਸੀਂ ਫੇਰ ਜੁੰਡਮ ਜੁੰਡੀ ਹੋਵੋਗੇ ਘਰੇ ਤਾਂ ਮੈਂ ਛਡਾ ਦਿੰਦੀ ਹਾਂ ਮੈਨੂੰ ਨਾਲ ਹੀ ਲੈ ਜਾਓ ਤੁਸੀਂ ਪੁੱਤ ਤੂੰ ਕਹਿੰਦਾ ਕਿ ਚਿਰ ਮੇਰੇ ਨਾਲ ਬਾਡੀਗਾਰਡ ਬਣ ਕੇ ਰਹੇਗੀ ਮੇਰਾ ਉਹ ਤਾਂ ਲੜਾਈ ਰੋਜ਼ ਦੀ ਹੈਗੀ ਚਲੋ ਕੋਈ ਨਹੀਂ ਘਰੇ ਤਾਂ ਸਰ ਜਾਂਦਾ ਬਾਹਰ ਲੋਕ ਦੇਖਣਗੇ ਅਗਲਾ ਕੀ ਕਹੂਗਾ ਉਹ ਤਾਂ ਤੇਰੀ ਗੱਲ ਸੱਚੀ ਆ ਚਲ ਕੋਈ ਨਾ ਘਰੇ ਵੀ ਤੂੰ ਕੱਲੀ ਕੀ ਕਰੇਗੀ ਚਲ ਮੇਰੇ ਨਾਲੇ ਵਗ ਚਲ ਆ ਸਿਰ ਟੱਕ ਲਿਆ ਕਰ ਪੁੱਤ ਇੱਕ ਮਾੜਾ ਜਾ ਅਗਲਾ ਐਂ ਕਹਿੰਦਾ ਗਾ ਸੱਸ ਨੇ ਤਾਂ ਦੇ ਕੇ ਬੁੜੇ ਨੂੰ ਐਡਾ ਪੱਲਾ ਕਰ ਲੈਂਦੀ ਆ ਨੂੰ ਨੰਗੇ ਮੂੰਹ ਜਾਂਦੀ ਹੈਗੀ ਨੰਗਾ ਸਿਰ ਵੀ ਨੰਗਾ ਤੇਰਾ ਤਾਂ ਆ ਇੱਕ ਗੱਲ ਹੋਰ ਸੁਣ ਜਿੱਥੇ ਮੈਂ ਕਿਸੇ ਬੁੜੇ ਠੇਰੇ ਨੂੰ ਦੇਖ ਕੇ ਐਂ ਪੱਲਾ ਕਰਦੇ ਤੂੰ ਵੀ ਕਰ ਲਿਆ ਕਰ ਪੁੱਤ ਕਿਵੇਂ ਹਾਂ ਸੋਹਣਾ ਲੱਗਦਾ ਹੁੰਦਾ ਬੁੜੇ ਕਣੀਓ ਕਰ ਲਈ ਪੱਲਾ ਕਿਤੇ ਦੂਜੇ ਪਾਸੇ ਕਰ ਲੈ ਮੇਰੇ ਕਣੀਓ ਬਾਪੂ ਕੰਨੀ ਵੀ ਕਰਿਆ ਕਰਦਾ ਹਾਂ ਹਾਂ ਐਂ ਕਰਿਆ ਬਾਪੂ ਆ ਚਲ ਬਾਪੂ ਤਾਂ ਕਰਦਾਗਾ ਹੁਣ ਘਰੇ ਤਾਂ ਕੌਣ ਕਰਦਾ ਸਾਰਾ ਦਿਨ ਫਿਰ ਮੰਗੇ ਮੂਰੇ ਵੀ ਕਰਿਆ ਕਰੂੰਗੀ ਓਹੋ ਬੌਲੀਆਂ ਤੂੰ ਤਾਜਾ ਗਾਹਾਂ ਦੱਸ ਦੂੰਗੀ ਹਾਂ ਮੰਗੇ ਓਏ ਹਾਂਜੀ ਓਏ ਬਿਲਡਿੰਗ ਇਤਨਾ ਕਿੜਿਆ ਕਿੜਿਆ ਤੋਂ ਉੱਥੇ ਤਾਂ ਓਏ ਉਹ ਤਾਂ ਐਂ ਹੁੰਦੀਆਂ ਨੇ ਪਰੌਣੇ ਫਿਰ ਤਾਂ ਹੀ ਤਾਂ ਉਹਨੂੰ ਬਾਹਰਲਾ ਮੁਲਕ ਕਹਿੰਦੇ ਨੇ ਅੱਛਾ ਮੈਨੂੰ ਤਾਂ ਐਂਦੀ ਮਾਤੇ ਦਿੱਲੀ ਲੈ ਗਿਆ ਤੂੰ ਮੈਨੂੰ ਜੇ ਮੇਰਾ ਹਿੰਦੀ 'ਚ ਗੱਲ ਕਰੀ ਉਹਨੇ ਜਦੋਂ ਓ ਦਿੱਲੀ ਕਾਹਨੂੰ ਤੇ ਉਹਦਾ ਡਬਈ ਤੀ ਸਾਲੇ ਅਸੀਂ ਨੇ ਦੋਨੇ ਜੀਆਂ ਨੇ ਜਾਣਾ ਤੀ ਤੂੰ ਫਾਨਾ ਓਏ ਆਪ ਕੋਟ ਕੱਢੀ ਚਾਦਰਾ ਕੱਢੇ ਚੋਂ ਮੇਰਾ ਪਹਿਲਾਂ ਹਾਂ ਦੇਖ ਚਾਦਰੇ ਦਾ ਕੀ ਕਰੇਗਾ ਮੈਂ ਤੋਂ ਨਹੀਂ ਪੈਂਦੇ ਸੁਥਰਾਂ ਤੇਰੀਆਂ ਮੇਰਾ ਚਾਦਰਾ ਮੈਂ ਤੈਨੂੰ ਕੱਪੜੇ ਦਵਾਏ ਨੇ ਇੰਨੇ ਮਹਿੰਗੇ ਕੁਛ ਨਹੀਂ ਹੁੰਦਾ ਇੱਕੋ ਜਿਹੇ ਨੇ ਆਪਣੇ ਪਤਾ ਤਾਂ ਲੱਗੇ ਵੀ ਬਾਹਰੋਂ ਆਇਆ ਮੈਂ ਨਹੀਂ ਯਾਰ ਮੈਨੂੰ ਚਾਦਰਾ ਪਾਉਣਾ ਮੈਂ ਤਾਂ ਨਾ ਨਾ ਬਸ ਐਂ ਚੱਲੀ ਮੰਗਾ ਕੰਮ ਤਾਂ ਔਖੀ ਤੇ ਉੱਥੇ ਕੀ ਗੱਲ ਮੇਰਾ ਤਾਂ ਟੋਬੇ ਕਿ ਨਹੀਂ ਆਇਆ ਯਾਰ ਇੰਨਾ ਟਾਈਮ ਤਾਂ ਕਿਉਂ ਹੋਰ ਉਹ ਸੀਟ ਬੈਠੀ ਨਹੀਂ ਆ ਮੈਂ ਤਾਂ ਬੈਠਣ ਨੂੰ ਕੀਤੀ ਬੈਠੇ ਜਿਵੇਂ ਕੁਰਸੀ ਤੇ ਪਏ ਨੇ ਉਵੇਂ ਬਹਿ ਜਾਂਦਾ ਐ ਕੁਰਸੀ ਤੇ ਬਹਿ ਕੇ ਜੁਰੇ ਨਹੀਂ ਲੱਗਦਾ ਜ਼ਿਆਦਾ ਹੈ ਦੇਖ ਉੱਤੇ ਤਾਂ ਨਹੀਂ ਬੈਠ ਗਿਆ ਤੇ ਪੈਰ ਧਰ ਕੇ ਮੈਂ ਤਾਂ ਫਿਰ ਥੱਲੇ ਮਤਾਂ ਮੈਂ ਸਾਈਡ ਜੀ ਤੇ ਕਰਿਆ ਸੀ ਉਹ ਚ ਪਾ ਕੇ ਲਫਾਫੇ ਜੇ ਕੋਨੇ ਚ ਸਾਲਿਆ ਦਾ ਮੁਸਕ ਡਾਲਤੀ ਹੋਣੀ ਅਗਲਾ ਚੱਕੂ ਮੈਂ ਕੀ ਕਰਾਂ ਐ ਕਰੋ ਇਹ ਸਰ ਕੱਢ ਬੋਤਲ ਪਰ ਹੈ ਕਿ ਪੈਕ ਲਾਈਏ ਐ ਕਿਵੇਂ ਕੱਢਾ ਉਹ ਐ ਕਰ ਮੇਰੀ ਗੱਲ ਸੁਣ ਹੁਣ ਆਪਦਾ ਘਰੇ ਨੂੰ ਵਗ ਜਾ ਹੁਣ ਤਾਂ ਮੇਰੇ ਨਾਲ ਜਾਈ ਐ ਕਿਵੇਂ ਬਾਈ ਕਰੇ ਕੀ ਮਤਾਂ ਤੇਰੇ ਨਾਲ ਜਾਊਂਗਾ ਓਏ ਬੁੜਾ ਕੁੱਟੂ ਮੈਂ ਮੂੰਹ ਨਹੀਂ ਲਿਆਂਦਾ ਬਾਈ ਮੇਰਾ ਤਾਂ ਚੱਲ ਜੂ ਤੂੰ ਆਪਦਾ ਆਪੇ ਸਾਮੀ ਨਾ ਨਾ ਮੈਂ ਤਾਂ ਬਾਈ ਨਾਲ ਦੇਖ ਮੰਗੇ ਮੇਰੀ ਗੱਲ ਸੁਣ ਹੁਣ ਮੈਨੂੰ ਪਤਾ ਤੂੰ ਕਿਸੇ ਪਾਸੇ ਹੋਰ ਵੀ ਨੰਗੇਗਾ ਹੁਣ ਮੈਂ ਤਾਂ ਉਧਰ ਵੀ ਨਾਲ ਜਾਊਂ ਬਾਈ ਮੇਰਾ ਤਾਂ ਹੋਇਆ ਵਿਆਹ ਨਵਾਂ ਅਸਤਾ ਜਾਵਾਂਗੇ ਕਿਧਰੇ ਹੋ ਮੈਂ ਤਾਂ ਨਾਲ ਜਾਊਂ ਫਿਰ ਮੈਂ ਤਾਂ ਤੂੰ ਫਾਨਾ ਨਾਲ ਉਹੀ ਫਸ ਰਹੇ ਯਾਰ ਉਹ ਪਰੌਣਿਆ ਜਿਹੋ ਜਿਹਾ ਬਾਈ ਤੈਨੂੰ ਵਿਆਹ 'ਚ ਨਹੀਂ ਬੁਲਾਇਆ ਨਾ ਉਹ ਜਿਹਾ ਮੈਂ ਬਾਰੇ ਕਮਾ ਲਿਆ ਤੈਨੂੰ ਦੁਬਈ 'ਚ ਲੱਖ ਰੁਪਇਆ ਲਾਤਾ ਤੇਰੇ ਤੇ ਹੁਣ ਨਾ ਤੂੰ ਗੁੱਸਾ ਕਰ ਹੁਣ ਆਪਦਾ ਘਰੇ ਵਗ ਜਾ ਸਿੱਧਾ ਹੋ ਕੇ ਮੈਂ ਕਿਹੜਾ ਲੱਖ ਰੁਪਇਆ ਓਏ ਸਾਨ ਕਰਤਾ ਮੇਰੇ ਤੇ ਕੋਈ ਫਿਰਦਾ ਨਾ ਇਹ ਦੱਸ ਜਿਹੜਾ ਮੈਨੂੰ ਕੜਾ ਪਾਉਣਾ ਦੀ 5 ਤੋਲਿਆਂ ਦਾ ਉਹ ਮੇਰੇ ਦਾ ਕੜਾ ਪਾਓ ਪਹਿਲਾਂ ਓਏ ਕੜਾ ਤਾਂ ਪਚਾ ਦਾਂਗੇ ਤੇਰਾ ਘਰੇ ਬੀਬੀ ਨੇ ਬਣਵਾ ਕੇ ਰੱਖ ਰੱਖਿਆ ਕੜੇ ਦੀ ਨਾ ਤੂੰ ਟੈਨਸ਼ਨ ਲੈ ਮੇਰਾ ਘਰ ਨਾ ਪੱਟਿਆ ਜਾਵੇ ਕਿਤੇ ਬਹੂ ਲੜੇ ਯਾਰ ਮੇਰੇ ਨਾਲ ਮੇਰੀ ਗੱਲ ਸੁਣਾਉਣੇ ਨੂੰ ਲੈ ਗਿਆ ਮੇਰੀ ਗੱਲ ਨੂੰ ਲੜਦੀ ਆ ਲੜੇ ਭਿੜਦੀ ਆ ਭੜੇ ਮਤਾਂ ਬਈ ਤੇਰੇ ਨਾਲ ਜਾਊਂ ਮੈਂ ਨਹੀਂ ਮੇਰੇ ਪਿੰਡ ਦਾ ਮਤਾਂ ਤੇਰੇ ਪਿੰਡ ਜਾਊਂ ਯਾਰ ਨਾ ਬਈ ਹੁਣ ਨਹੀਂ ਮੈਂ ਲਿਆਂਦਾ ਹੁਣ ਤਾਂ ਜੇ ਲੜ ਚਿਹੇ ਭੇੜਾ ਆਪਦਾ ਪਿੰਡ ਨੂੰ ਜਾ ਯਾਰ ਸਿੱਧਾ ਹੋ ਕੇ ਮੈਨੂੰ ਆਪਦਾ ਘਰੇ ਜਾਣ ਦੇ ਨਾਲ ਕੰਮ ਕਰ ਦੇਖਣ ਦੇ ਤੂੰ ਤਾਂ ਵਿਹਲਾ ਯਾਰ ਹਾਂ ਹੁਣ ਕਿੱਥੇ ਜਾਏਂਗਾ ਇਸ ਤੋਂ ਬਾਅਦ ਹੁਣ ਫਿਰ ਮੈਂ ਘਰੇ ਜਾ ਕੇ ਚਾਦਰੇ ਹੋਰ ਚੱਕ ਲਿਓ ਇੱਕ ਦੋ ਨਾਲ ਓਏ ਹਜੇ ਨਹੀਂ ਜਾਂਦੇ ਯਾਰ ਜਾਏਗਾ ਨਹੀਂ ਜਾਂਦੇ ਬੇਈਮਾਨ ਬੰਦਾ ਜਾਏਗਾ ਕਿਤੇ ਇਹ ਵੀ ਮੈਂ ਟਾਈਮ ਤੇ ਆਗਾ ਤਾਂ ਤੇਰੇ ਨਾਲ ਵਗਿਆ ਨਹੀਂ ਤੂੰ ਕਿੱਥੇ ਜਾਂਦਾ ਸੀ ਮੈਨੂੰ ਯਾਰ ਤੂੰ ਕਿਤੇ ਰਹਿੰਦਾ ਤਾਂ ਹੈ ਨਹੀਂ ਰਹਿਣ ਨੂੰ ਮੈਂ ਕੀ ਕਰਾਂ ਯਾਰ ਰੋਟੀ ਤਾਂ ਮਿਲੀ ਸਾਲੀ ਹਫ਼ਤੇ ਬਾਅਦ ਰੋਟੀ ਮੈਂ ਹੁਣ ਖਾਧੀ ਆਪਦੀ ਲੈ ਇਹ ਦੇਖ ਲੈ ਯਾਰ ਆਪਦਾ ਤੂੰ ਪਿੰਡ ਜਾ ਮੈਂ ਨਹੀਂ ਹੁਣ ਲਿਆਂਦਾ ਬਾਈ ਤੈਨੂੰ ਕਿਤੇ ਚੱਲ ਚੰਗਾ ਟੁੱਟੀ ਆਪਦੀ ਯਾਰ ਤੂੰ ਪਿਆ ਭੱਜ ਜਾ ਓਏ ਐਂ ਕਿਵੇਂ ਆ ਰਹੀ ਟੁੱਟੀ ਯਾਰ ਉਹ ਪਰੌਣੇ ਮੜਾ ਸਮਝਿਆ ਕਰ ਯਾਰ ਨਵਾਂ ਵਿਆਹ ਹੋਇਆ ਯਾਰ ਹੁਣ ਐਵੇਂ
मैं तह साग दो चीरनियां तोड़ के ठीक है। तू उत्थे जा कोठे कनी देख तेरा बाप की करदा के नाले उन्हूं ऐ कह दी ना तो चीरनी साग दे उहदी तोड़ दूगा साग तो मैं लियाऊंगी पालक दी नाले मेथा मुथा तोड़ दूगा चंगा मैं चला नाल तू की करेंगी तू बग जा उत्थे कुछ नहीं हुंदा मैं आपे तोड़ लियाऊंगी साग तो ठीक ਲਾਪਦੀ ਭੈਣ ਦੇ ਫੇਰੇ ਮਰਾਵੇ ਆਪਾਂ ਨੇ ਕੀ ਲੈਣਾ ਹੈ ਇਹ ਤਾਂ ਗਾਲਾਂ ਦੇਈ ਜਾਂਦਾ ਮੰਮੀ ਨੂੰ ਮਿਲਾ ਰੱਜਿਆ ਬੈਠਾ ਮੰਮੀ ਗੱਲ ਤਾਂ ਸੁਣੋ ਉਰੇ ਤਾਂ ਆਓ ਹੋ ਗਿਆ ਹੁਣ ਉਹ ਪਾਪੂ ਤਾਂ ਤੁਹਾਨੂੰ ਗਾਲਾਂ ਦੇਈ ਜਾਂਦਾ ਰੱਜਿਆ ਬੈਠਾ ਉਹਨੂੰ ਕੀ ਕਹਾਂ ਮੈਂ ਪਾਲਕ ਤੋੜਨ ਨੂੰ ਬੂਮਾ ਮਾਰਦਾ ਨਹੀਂ ਕੱਡੀ ਬੋਤਲ ਧਰਖੀ ਆ ਮਰਨ ਜੋਗਰਾ ਆ ਜਾ ਸਾਗ ਤਾਂ ਫੇਰੇ ਤੋੜੂੰਗੀ ਕੀ ਕਰਨ ਲੱਗ ਰਿਹਾ ਹੈ ਲੈ ਲੈ ਇਹਨੇ ਆਏ ਤਾਂ ਪਾ ਲਈ ਮੈਂ ਫਿਰ ਤੂੰ ਕਹਿ ਦਿੰਦੀ ਆ ਮੰਮੀ ਤੂੰ ਲੜਦੀ ਆ ਮੈਂ ਤਾਂ ਲੜਦੀ ਆ ਲੈ ਲੈ ਕੀ ਲੱਛਣ ਕਰਨ ਲੱਗ ਰਿਹਾ ਹਜੇ ਮੈਨੂੰ ਕਹਿੰਦਾ ਤੂੰ ਦਾਰੂ ਪੀਨੀ ਆ ਆ ਦੇਖ ਲੈ ਕੌਣ ਪੀਂਦਾ ਦਾਰੂ ਦੇਖ ਆ ਜਾ ਲੈ ਪੀਲਾ ਪੀਲਾ ਡੱਫਲਾ ਹੁਣ ਰੱਜ ਕੇ ਪੈਗ ਮਾਰ ਹੁਣ ਦੇਖੀ ਜਾਊ ਜਿਹੜਾ ਕੁਛ ਬਣੂਗਾ ਆ ਗਈ ਪਰ ਝੱਟੀ ਆ ਜਾਣ ਦੇ ਇਹਨੇ ਕੀ ਸਵਾਹ ਡਾਉਣੀ ਹੈ ਹਾਏ ਮੈਂ ਮਰ ਜਾ ਬੇ ਕੰਜਰਾ ਤੇਰੇ ਹੱਥ ਦਾ ਕੰਮਣ ਲੱਗ ਰਹੇ ਨੇ ਬੇ ਆ ਕੀ ਲੱਛਣ ਕਰਦਾ ਤੂੰ ਬੇ ਆ ਕੀ ਲੱਛਣ ਫੜੇ ਨੇ ਤੇ ਦਾਰੂ ਵਾਲੇ ਲੈ ਫੜ ਤੂੰ ਵੀ ਲੈ ਲੈ ਪੈਗ ਹੋਰ ਮੈਂ ਰੋਜ਼ ਲਾਉਂਦੀ ਆ ਪੈਗ ਲਾ ਲੈ ਤੂੰ ਵੀ ਕਹਿੰਦਾ ਉਧਰ ਦਾ ਜਮਾਈ ਨੜ ਲਾ ਕੇ ਭੰਗੜੇ ਪਾਉਂਦੀ ਦੀ ਬੇ ਖੜ ਜਾ ਬੇ ਸ਼ਰਮ ਮੰਨ ਬੇ ਸ਼ਰਮਨ ਕਰੇ ਤਾਂ ਮੁੰਡਾ ਨਹੀਂ ਹੈਗਾ ਹੈ ਤੈਨੂੰ ਸ਼ਰਮੇ ਨਹੀਂ ਹੈਗੀ ਦਾਰੂ ਪੀਣ ਲੱਗ ਰਿਹਾ ਤੂੰ ਨਹੀਂ ਹੈਗਾ ਮੁੰਡਾ ਨਾ ਹੋਵੇ ਮੇਰੇ ਗਣੀ ਦਾ ਤੂੰ ਨਹੀਂ ਹੈਗੀ ਅੱਗ ਲਾ ਦੇ ਨੂੰ ਕਰਾਂ ਮੈਂ ਤਾਂ ਕੋਈ ਨਾ ਫੜ ਦਵਾਂ ਪੈਗ ਨਾ ਨਾ ਬਸ ਰਹਿਣ ਲੈ 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 ਚਲ ਐਂ ਕਰ ਖੜਾ ਹੋ ਜਾ ਪੀਲੀ ਕਰ ਲਈ ਲਾ ਲੈ ਅੱਗ दारू कुड़े दा हुण की करिए चक्के ले जाने आ और की करना चक्कन वाला गए ले केड़ा बड़ा भार होऊगा देखी कासरा ने मंगू की मैं झूलण लग रहेगा ए हो जा खड़ा ओ लग दिया फुल धरती घूमती पईया हुण ता बल्ले 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 हाय तेरे बुम्मा मार दे आदा नहीं गया आहो आ के ना बुड़ा एदे च की आउणा गा जान के ठूठ तार रखे ने इथे साग हुण किथे तोड़ना आपा इथे ता बापू नी घर नु लेके जाना पए चल करे चल वे लाउ दे कौड़े दुंबे तोड़ दी ते